ਪਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦ ਹੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਆਵਾਜ਼ ਔਰ ਕਰ ਦਿਓ ਸੱਚੇ ਪਾਤਸ਼ਾਹ ਮਿਹਰਬਾਨ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਬੜੇ ਹੀ ਪ੍ਰੇਮ ਦੇ ਨਾਲ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਪ੍ਰੇਮ ਨਾਲ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਹਾਜ਼ਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਆਨੰਦ ਕਾਰਜ ਦੇ ਸਮੇਂ ਜਿਨ੍ਹਾਂ ਸ਼ਬਦਾਂ ਦਾ ਕੀਰਤਨ ਕਰਨਾ ਚਾਹੀਦਾ ਹੈ ਉਹਨਾਂ ਸ਼ਬਦਾਂ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਦੀ ਕਥਾ ਪਿਛਲੇ ਕਈ ਦਿਨਾਂ ਤੋਂ ਸੰਗਤ ਬੜੇ ਪ੍ਰੇਮ ਦੇ ਨਾਲ ਬੈਠ ਕੇ ਇਸ ਸਥਾਨ ਤੇ ਸਰਵਣ ਕਰ ਰਹੀ ਹੈ ਗੁਰੂ ਸਾਹਿਬ ਨੇ ਅੱਜ ਆਪਾਂ ਸਾਰਿਆਂ ਨੂੰ ਸਮਾਂ ਬਖਸ਼ਿਸ਼ ਕੀਤਾ ਚਾਅ ਬਖਸ਼ਿਸ਼ ਕੀਤਾ ਜਿੱਥੇ ਗੁਰੂ ਕੇ ਲਾਹੌਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਉੱਥੇ ਸਾਨੂੰ ਸਾਰਿਆਂ ਨੂੰ ਵੀ ਗੁਰੂ ਸਾਹਿਬ ਜੀ ਨੇ ਆਨੰਦ ਕਾਰਜਾਂ ਵਾਲਾ ਮਾਹੌਲ ਬਖਸ਼ਿਸ਼ ਕਰ ਦਿੱਤਾ ਜੀ ਇਹ ਸਿੰਘਾਂ ਨੇ ਮਹਾਰਾਜ ਸਾਹਿਬ ਜੀ ਨੂੰ ਕਲਗੀ ਲਗਾਈ ਇਹ ਸਾਰਾ ਇਹਨਾਂ ਦੇ ਮਨ ਦਾ ਫੁਰਨਾ ਸੀਗਾ ਵੀ ਇਸ ਤਰ੍ਹਾਂ ਕੀਤਾ ਜਾਏ ਵੀ ਪੂਰਾ ਪੂਰਾ ਆਨੰਦ ਕਾਰਜ ਦਾ ਮਾਹੌਲ ਬਣੇ ਜੀ
ਪਿਛਲੇ ਕਈ ਦਿਨਾਂ ਤੋਂ ਨਵੇਂ ਕੱਪੜੇ ਸਵਾ ਕੇ ਸੰਗਤਾਂ ਬੈਠੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਸ ਦਿਨ ਆਨੰਦ ਕਾਰਜ ਦੇ ਪ੍ਰਸੰਗ ਆਉਣਗੇ ਉਹ ਦਿਨ ਕੱਪੜੇ ਪਾਉਣੇ ਜੀ। ਬੜੀ ਖੁਸ਼ੀ ਵਾਲੀ ਗੱਲ ਹੈ ਸੰਗਤ ਜੀ, ਉਸ ਮਾਹੌਲ ਵਿੱਚ ਰਹਿਣਾ ਜਿਹੜੇ ਸੰਗਤ ਦੇ ਪ੍ਰੇਮੀ ਲੜੀਵਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣਦੇ ਨੇ ਨਾ ਜੀ, ਉਹ ਤੇ ਹਰ ਵਕਤ ਉਸੇ ਰੰਗ ਵਿੱਚ ਰੰਗੇ ਰਹਿੰਦੇ ਨੇ ਜੀ। 5 ਸਾਲ ਲਗਾਤਾਰ ਆਪਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਥਾ ਚੱਲੀ। 5 ਸਾਲ ਸੰਗਤ ਨੂੰ ਇਉਂ ਮਹਿਸੂਸ ਹੁੰਦਾ ਰਿਹਾ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਨਾਲ ਤੁਰੇ ਫਿਰਦੇ ਹਾਂ ਜੀ। ਪਿੱਛੇ ਜੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਪ੍ਰਸੰਗ ਲੰਘੇ, ਇੰਨਾ ਕੁ ਜ਼ਿਆਦਾ ਬੈਰਾਗ ਸੀਗਾ ਉਹਨਾਂ ਪ੍ਰਸੰਗਾਂ ਵਿੱਚ ਵੀ ਮੈਨੂੰ 2-3 ਪ੍ਰੇਮੀਆਂ ਨੇ ਜਦੋਂ ਹਫ਼ਤਾ ਡੇਢ ਹਫ਼ਤਾ ਲਗਾਤਾਰ ਬੈਰਾਗ ਦੀ ਕਥਾ ਕਰਦਿਆਂ ਹੋ ਗਿਆ ਤਾਂ ਉਹਨਾਂ ਕਿਹਾ ਵੀ ਹੁਣ ਬੱਸ ਕਰ ਅਤੇ ਕੋਈ ਖੁਸ਼ੀ ਵਾਲਾ ਪ੍ਰਸੰਗ ਆਰੰਭ ਕਰ ਜੀ। ਕਿਉਂ ਸੰਗਤ ਜੀ, ਉਸ ਉਹੋ ਜਿਹਾ ਮਾਹੌਲ ਬਣ ਜਾਂਦਾ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਦੇ ਸਾਰੇ ਪ੍ਰਸੰਗ ਜੇ ਮੈਂ ਭੂਮਿਕਾ ਬੰਨਣ ਲੱਗਾ ਤਾਂ ਬੜਾ ਲੰਮਾ ਸਮਾਂ ਲੱਗ ਜਾਣਾ ਜੀ। ਕਿਉਂ ਜਿਹੜੀ ਕਥਾ ਨੂੰ 1 ਹਫ਼ਤਾ ਹੋ ਗਿਆ ਸੰਗਤ ਸੁਣ ਰਹੀ, ਡੇਢ ਹਫ਼ਤਾ ਹੋ ਗਿਆ, ਉਹ ਜੇ 5-5 ਮਿੰਟ ਵੀ ਉਹਦਾ ਸੁਣਾਵਾਂ ਤਾਂ 1 ਘੰਟਾ ਸਹਿਜ ਸੁਭਾਅ ਇਸ ਪਾਸੇ ਲੱਗ ਜਾਏਗਾ ਜੀ। ਬਸ ਇੰਨਾ ਕੁ ਦੱਸ ਦੇਣਾ ਜੀ ਸ਼ਾਰਟ ਵਿੱਚ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ 10.5 ਸਾਲਾਂ ਦੀ ਹੈ ਜੀ। ਜਿਸ ਉਮਰ ਵਿੱਚ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਆਨੰਦ ਕਾਰਜ ਹੋਏ, ਮਹਾਰਾਜ ਜੀ ਦੀ ਉਮਰ 10.5 ਸਾਲਾਂ ਦੀ ਸੀਗੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਹਾਜ਼ਰੀ ਵਿੱਚ ਭਾਈ ਹਰਜਸ ਜੀ ਲਾਹੌਰ ਤੋਂ ਆਏ, ਉਹਨਾਂ ਨੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ, ਨਾ ਮੈਂ ਸ਼ਸਤਰ ਲੈ ਕੇ ਆਇਆ ਨਾ ਮੈਂ ਬਸਤਰ ਲੈ ਕੇ ਆਇਆ, ਪਰ ਸੱਚੇ ਪਾਤਸ਼ਾਹ ਮੈਂ ਆਪਣੀ ਬੱਚੀ ਆਪ ਜੀ ਦੀ ਦਾਸੀ ਬਣਾਉਣਾ ਚਾਹੁੰਦਾ ਹਾਂ। ਮਹਾਰਾਜ ਹਰਜਸ ਜੀ ਦੀ ਗੱਲ ਸੁਣ ਕੇ ਬੜਾ ਖੁਸ਼ ਹੋਏ, ਰਿਸ਼ਤਾ ਪੱਕਾ ਹੋ ਗਿਆ। ਹਰਜਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਦੇ ਹੁੰਦੇ ਸੀ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਅਤੇ ਜਿਹੜੀ ਬਰਾਤ ਹੈ ਜੰਝ ਹੈ ਉਹ ਲਾਹੌਰ ਵਿੱਚ ਲੈ ਕੇ ਆਓ। ਦਾਸ ਨੇ ਪਹਿਲਾਂ ਵੀ ਬੇਨਤੀ ਇੱਕ ਦਿਨ ਕੀਤੀ ਸੀ ਵੀ ਜਿਹੜਾ ਆਨੰਦ ਕਾਰਜ ਸ਼ਬਦ ਹੈ ਨਾ, ਇਹ ਤਾਂ ਬਹੁਤ ਸਮੇਂ ਬਾਅਦ ਸਾਡੇ ਕੋਲ ਆਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਵੀ ਆਨੰਦ ਕਾਰਜ ਸ਼ਬਦ ਇਕੱਠਾ ਨਹੀਂ ਹੈਗਾ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਇਆ ਵੀ ਆਹੋ ਹੋਆ ਮੇਰੇ ਬਾਪੂਲਾ, ਜਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਆਹ ਸ਼ਬਦ ਵਰਤਿਆ, ਜਾਂ ਇਤਿਹਾਸਕ ਗ੍ਰੰਥਾਂ ਵਿੱਚ ਸ਼ਾਦੀ ਸ਼ਬਦ ਮਿਲਦਾ ਜੀ। ਜਿਹੜਾ ਸ਼ਾਦੀ ਸ਼ਬਦ ਹੈ ਇਹ ਮੁਸਲਮਾਨ ਵੀਰਾਂ ਦਾ ਸ਼ਬਦ ਹੈ ਜੀ। ਖੈਰ ਰਹੋ ਵਿਚਾਰ, ਉਹ ਮਹਾਰਾਜ ਨੂੰ ਬੇਨਤੀ ਕਰਦੇ ਸੱਚੇ ਪਾਤਸ਼ਾਹ ਲਾਹੌਰ ਜੰਝ ਲੈ ਕੇ ਆਓ, ਲਾਹੌਰ ਦੀ ਸੰਗਤ ਉਡੀਕਣ ਦਈ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਜੰਝ ਤੇ ਲਾਹੌਰ ਵਿੱਚ ਲੈ ਕੇ ਆਵਾਂਗੇ, ਪਰ ਮੁਗਲਾਂ ਦੇ ਨਹੀਂ, ਗੁਰੂ ਦੇ ਲਾਹੌਰ ਵਿੱਚ ਜੰਝ ਲੈ ਕੇ ਆਵਾਂਗੇ। ਜਿੱਥੇ ਅਸੀਂ ਬਰਾਤ ਲੈ ਕੇ ਆਉਣੀ ਉਹ ਹੋਏਗਾ ਲਾਹੌਰ ਹੀ, ਪਰ ਉਹ ਗੁਰੂ ਕਾ ਲਾਹੌਰ ਹੋਏਗਾ। ਤੇ ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਗੁਰੂ ਕਾ ਲਾਹੌਰ ਕੁਝ ਦਿਨਾਂ ਵਿੱਚ ਵਸਾਇਆ ਜੀ। ਜਿਸ ਦਿਨ ਗੁਰੂ ਕੇ ਲਾਹੌਰ ਵਸਣ ਦੀ ਕਥਾ ਸੀਗੀ, ਮੈਂ ਤੇ ਆਪਦੇ ਹਿਸਾਬ ਨਾਲ ਗੱਲ ਕਰ ਰਿਹਾ ਸਾਂ ਦਾਸ, ਪਰ ਸਾਹਮਣੇ ਮਿਸਤਰੀ ਜੀ ਬੈਠੇ ਤੇ ਦੱਸਣ ਵੀ 1 ਕੋਠੀ ਵਧੀਆ ਤਿਆਰ ਕਰਨ ਵਾਸਤੇ 1 ਸਾਲ ਲੱਗ ਜਾਂਦਾ ਜੀ। ਤੇ ਮਹਾਰਾਜ ਨੇ ਵਹਿੰਦਿਆਂ ਵਹਿੰਦਿਆਂ 1 ਮਹੀਨੇ ਤੋਂ ਪਹਿਲਾਂ ਪੂਰਾ ਸ਼ਹਿਰ ਵਸਾ ਦਿੱਤਾ ਜੀ। ਪੂਰਾ ਸ਼ਹਿਰ ਮਹਾਰਾਜ ਨੇ ਵੇਖਦਿਆਂ ਵੇਖਦਿਆਂ ਹੀ ਵਸਾ ਦਿੱਤਾ ਜੀ। ਲਾਹੌਰ ਵਾਲੇ ਉੱਥੋਂ ਉੱਠ ਕੇ ਤੇ ਗੁਰੂ ਕੇ ਲਾਹੌਰ ਵਿੱਚ ਆ ਗਏ ਜੀ। ਜਿਹੜੇ ਲਾਹੌਰ ਵਾਲੇ ਸੀ ਨਾ ਜੀ, ਉਹ ਉੱਥੋਂ ਉੱਠ ਕੇ ਗੁਰੂ ਕੇ ਲਾਹੌਰ ਵਿੱਚ ਆਏ, ਉਹ ਵੀ ਬੜੇ ਸਤ ਬਚਨੇ ਜੀ। ਹੋਵੇ ਵਿਆਹ ਦਾ ਕਾਰਜ ਤੇ ਆਪਣੇ ਘਰੋਂ ਉੱਠ ਕੇ ਦੂਜੀ ਥਾਂ ਤੇ ਜਾ ਕੇ ਕਰਨਾ ਬੜਾ ਔਖਾ ਕੰਮ ਹੈਗਾ ਜੀ, ਪਰ ਉਹ ਮਹਾਰਾਜ ਨਾਲ ਸਤ ਬਚਨ ਕਰਦੇ ਰਹੇ। ਕੱਲ੍ਹ ਜਿਹੜੀ ਤੁਸੀਂ ਕਥਾ ਸੁਣੀ ਸੰਗਤ ਜੀ, ਸ਼ਗਨ ਲੱਗਣ ਤੋਂ ਬਾਅਦ ਬਰਾਤ ਦੀ ਕਥਾ ਸੁਣੀ, ਜੰਝ ਦੀ ਕਥਾ ਸੁਣੀ ਜੀ। ਸੰਗਤ ਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਜੰਝ ਵਿੱਚ, ਬਰਾਤ ਵਿੱਚ ਹਜ਼ਾਰਾਂ ਹੀ ਸੰਗਤਾਂ ਸ਼ਾਮਿਲ ਸਨ ਜੀ, ਹਜ਼ਾਰਾਂ ਹੀ ਜੀ, ਜਿਨ੍ਹਾਂ ਵਿੱਚੋਂ ਮੁਖੀ ਮੁਖੀ ਤੁਸੀਂ ਨਾਮ ਸੁਣੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਸ ਬੰਸਾਈ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਸ ਬੰਸਾਈ, ਗੁਰੂ ਅਮਰਦਾਸ ਸਾਹਿਬ ਜੀ ਦੀ ਅੰਸ ਬੰਸਾਈ,
ते बहुत ही सत्कार योग धन बाबा बुढ़ा साहब जी दी अंश बंसाई जी। कई घोड़े तैयार किए गए कई दिन पहला जी, महाराज जी की बरात विच जाण वास्ते ना जी कई घोड़े तैयार किए जी। संगतां नवे नवे कपड़े सवा के बैठिया सी भी महाराज की जंज च पाउणे अज के आखो फिर आखो सारे जिवें बहुत सारे प्रेमी नवे कपड़े पा के आए ते संगत जी मैं भी तुहानू दसा भी मैं भी नवे ही पाए ने जी। हाँ जी क्यों बड़े दिनों का सवा के रखिया हैगा जी। ते जदों पोथी साहब पढ़ी ते पता लगा भी महाराज के विआह प्रसंग नेड़े ने ते पढ़ के फुरना बनाया भी आने उदन ही पाने जिदन विआह प्रसंग होने गया जी। सच्चे पातशाह गरीब नवाज जी की जंज चढ़ी कल तुही वेख्या जी। गुरु का लाहौर बड़ा लागे सीगा जी आनंदपुर साहब तो इन्ने ते राथी सीगे जी। ते होर वड्डी अश्चर्जताई दी बात इन्नी वड्डी जंज सजी बरात सजी ते महाराज ने जंज का मुखी किनू बनाया भला। पांच छे साल की उम्र सी बाबा राम कोयर साहब जी दी ते महाराज ने उन्होंने मुखी बनाया जी। महाराज कहिंदे सब तो अगले रथ ते तुही बैठोगे कहन लगे। हाँ जी क्यों वेखो गुरु नानक साहब जी की अंश बंश भी आई सी अंश बंश ते गुरु अंगद साहब जी की भी आई सी पर बाबा बुढ़ा साहब जी की अंश बंश नूं महाराज ने विशेष सत्कार दिता जी। क्यों गुरु घर विच सेवकां नूं माण मिलता संगत जी। बाबा राम कोयर जी सब तो अगे जा रहे ते हजारां लोग बरात विच शामिल हजारां लोग ते संगत जी बरात गुरु के लाहौर विच पहुंची जी। तुसीं सुणिया महाराज दे नाल महाराज दे मामा जी मामा कृपाल चंद जी सन जी ते महाराज दे नाल महाराज दे पंज भरा सन बीबी वीरो जी दे पुत महाराज दी भूआ दे पुत जी। महाराज दे भूआ दे पुत भरा हुंदे जी। महाराज दे पंज भरा महाराज दे नाल नाल बरात विच रहे जी। बड़े वड्डे पत्तर ते बरात तुरी ते गुरु के लाहौर विच उन पहुंच रही है उथों हुण अज दी कथा आरंभ हो रही है। महाराज कृपा करन सारी संगत आपां कथा विच सुरतियां जोड़िए नेत्र बंद करो दसवें पातशाह दा धरो ध्यान ते उचारण करो धन गुरु गोबिंद सिंह साहिब 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 धन गुरु गोबिंद सिंह साहिब। इधर सच्चे पातशाह गरीब नवाज जी की बरात हुण गुरु के लाहौर विच पहुंची है। महाराज सच्चे पातशाह दूल्हे बने ने। जदों मैं आके गुरु ग्रंथ साहिब जी दे दर्शन किए ना जी अंदरों आके ते सच्ची गल दस रहा भी मेरे को पांच मिनट इधर उधर हिलिया नहीं गया जी। भी मैं महाराज नूं वेखी जावा जी वेखी जावा। संगत जी जे श्री गुरु ग्रंथ साहिब ने अज सोहणे लग रहे ने ते दसवें पातशाह महाराज ने कलगी सजाई शस्त्र बस्त्र सजाए ते बरात महाराज की जा रही महाराज किड्डे सोहणे लगदे होणगे जी। हाँ जी महाराज किड्डे सोहणे लगदे होणगे जी। ओ हुण आपां महाराज जी दे चरणां दा धरिए ध्यान। बाबा राम कोयर जी सारी बरात दे मुखी ने बैंड वाजे आले बैंड वाजा भी बजा रहे ने जी। उरों दा बैंड वाजा कल भी दसिया की हुंदा सी तूतियां नफीरियां छैणे नगारे ये बैंड वाजे हुंदे सीगे संगत जी। ये वज रहे जी बड़ा आनंद बन रहा इन्नी उच्ची बैंड वाजा वज रहा भी किसी नूं अपनी गल दूजे नूं दसण वास्ते बड़ी उच्ची बोलना पै रहा है जी। क्यों आवाज़ बैंड बाजे की बड़ी आ रही है जी। ते सच्चे पातशाह करन कृपा दया करन हुण साडियां सुरतियां बिरतियां उत्थे पहुंचण। वैसे परसों सानू गुरु साहब ने बैंड बाजा इत्थे ही सुना दिता हैगा जी। जिहड़ी संगत लड़ीवार कथा सुनदी उहनां नूं पता महाराज सच्चे पातशाह नूं लग रिहा सी सगन जी। गुरु के सिख कर रहे सन कीर्तन ते उरों आनंदपुर साहब बाहर बैंड बाजे आले बैंड बाजा बजा रहे सी। इधर प्रसंग चल रहा सी ते बार बरात लंघ रही हैगी जी तो पूरा बैंड वाजा वज रहा हैगा जी। हाँ जी ओ महाराज सच्चे पातशाह आप ही कृपा कर देंदे संगत जी। हुण आपां अगली कथा श्रवण करिए
अपने को समा बड़ा सीमित है। बड़े प्रेम नाल सारे कहो धन गुरु गोबिंद सिंह साहिब जी महाराज। धन श्री 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 गुरु गोबिंद सिंह साहिब जी महाराज। सब सिख संगत गज के आखो सतनाम श्री वाहेगुरु साहिब जी। फिर आखो जी श्री वाहे गुरु साहिब जी। श्री वाहिगुरु जी दोहरा इत ते सहत बरात गुर लावपुर ते अधकोस। हुण सच्चे पातशाह गरीब नवाज जी दुल्हे बन के आ रहे ने ते बरात जेड़ी अद्धा को दूर रह गई जी। अद्धा को दूर रह गई भाव बहुत नेड़े बरात पहुंच के गुरु का लाहौर अज भी पहाड़ी इलाके विच है गए जी। पहाड़ी इलाके तो हेठली चीज बड़े आराम नाल वेख जांदी जी। ते महाराज सच्चे पातशाह जी दे सौरा साहब सारिआं नूं जंज दे बरात दे दर्शन होण लग पे जी। हां जी टिके सकल तैयारी करी नेग लाग के को जो लाग लै के नेग लै के ये सारा कुछ बजुर्गां नूं पता। लाग दी कथा करन लगी है ते समां लगेगा, नेग दी कथा करन लगी है ते समां लगेगा। ये सारा बजुर्गां नूं पता लाग नेग लै के सारे पहला अगल वांडे पहुंच गए भी महाराज सच्चे पातशाह गरीब नवाज जी पहुंच रहे ने। बाबा हर जस जी दे भाग वेखो आम सच्चे पातशाह आम जीवां दे साडे सारिआं दे सच्चे पातशाह मालक ने गुरु ने पर बाबा हर जस जी दे महाराज जवाई भाई ने जी। उन्हां दे भाग वेखो सारे पहला ही पहुंच गए अगल वांडी होके। हाँ जी जे ब्रिद मसंद तिन को हकार। हाँ जी तन दीन तिन हो था तीन डार। जेड़े बजुर्ग मसंद सी ना बजुर्ग मसंद उन्हां नू बाबा हर जस जी ने माया दिया थालियां भर भर के दित्तियां जी। पता क्यों? जदों दसवें पातशाह महाराज ने आउणा ते महाराज दे धन दी वरखा करनी है जी। ते मैं पढ़ रहा सां ते नाल भाई साहब बैठे मैं कहा हुण तरकी बंदा इहदे ते वी तर्क करेगा जी। है आम अपना टुटा जिहा मुंडा हुंदा ते उहदे ते वरखा करी जांदे जी। है एडे वड्डे सच्चे पातशाह दुल्हे बने उहनां ते ते सारा कुछ ही कुरबान कर देना चाहीदा जी। हांजी हर जस जी होणा ने बजुर्ग मसंद जिहड़े सन पुरातन उहनां नूं माया फड़ाई भी जदों महाराज आउणगे महाराज ते माया दी वरखा करनी है जी। हांजी करते चले हो बरखा बुलंद इस तरह माया दी वरखा करनी जिवें मीह पै रिहा होवे मीह पै रिहा होवे। हांजी जिम मेघ उनम बरखाए धुंद ते जिवें जल दियां बूंदां धरती ते डिगदियां एवें माया थले डिगण दी आवाज आउणी चाहीदी। कहण लगे इन्नी माया कुर महाराज तों वरखा करनी संगत जी दसवें पातशाह तों ते सब कुछ वार दित्ता जावे तों भी थोड़ा है। माया ते चीज ही कुछ नहीं हैगी जी। हांजी जब सुने अगाउ लैन आए हुण महाराज सच्चे पातशाह नूं अगोल वांडी लैण वास्ते आ गए सारे पहला ही खरो के बरात नूं लैण वास्ते। हांजी तुन उठी अधिक वादित बजाए ते गुरमुखो वाजे वजण दियां आवाजां आउण लग पईआं ते गुरु के लाहौर विच शब्द पढ़े जान लग पे। हम घर साजन आए हम घर साजन आए हम घर साजन आए हम घर साजन आए। क्यों भाई सुल्तान सिंह दरबार साहब दे अरदासिए बैठे मिलने दी अरदास करदे हुंदे इहो शब्द पढ़दे जी हम घर साजन आए। महाराज सच्चे पातशाह आए माहौल बनिया होएगा जी पढ़िया होएगा शब्द उन्हां ने। हांजी महाराज बरात रूप विच दुल्हे बन के आए जी ते शब्द पढ़ रहे जी लाहौर दियां संगतां गुरु के लाहौर दियां। हम घर साजन आए हम घर साजन आए हम घर साजन आए हम घर साजन आए साचे मेल मिलाए साचे मेल मिलाए घर साजन आए हम घर साजन आए हम घर साजन आए हम घर साजन आए। बड़ा खुशियां दे गीत गाए गए गुरबाणी पढ़ी गई बैंड वाजे वज रहे महाराज सच्चे पातशाह गरीब नवाज जी
अपने घोड़े ते चढ़ के बड़े आनंद नाल आ रहे ने। हां जी तब मिलन हेत समीप आन। हां जी मातुर कृपाल इत सावधान। बाबा राम कोयर जी गुरु नानक साहब जी दी अंश बंश सारे उतर के अपने रथां तो खलो गए ते मामा कृपाल चंद जी सब तो अगे आए जी। पिता की थां ते मामा कृपाल चंद जी ने मिलनी करनी है जी। हां जी महाराज गुरु तेग बहादुर साहब ते शहीदी प्राप्त कर चुके हैगे जी ते मामा कृपाल चंद जी नूं इहदा मतलब मामा कृपाल चंद जी नाल महाराज किन्ना प्यार करदे होणगे जी। आपां कदी मामा कृपाल चंद जी नूं याद ही नहीं कीता जी। असीं इन्ने पहलवान आ कदी याद ही नहीं करदे जी। गज के आखो धन मामा कृपाल चंद जी। क्यों दसवें पातशाह जी दे पिता जी दे थां ते मामा कृपाल चंद जी होना मिलनी करनी है जी। मामा कृपाल चंद जी अगे आए। हां जी छूटे निशान अगवान जात। अगे निशान साहब लगे हुए ही रथां ते जी। वह सारे निशान साहबां दे फरले भाई साहब कहिंदे बड़े आनंद दे नाल हिल रहे ने। हां जी जिन जरी लाग बहु रंग भांत। हां जी दह दिशन मेल इस रीत कीन। हां जी जन कोख कोख कन मिलत पीन। ते नगारियां वाले पहला ही ऊंठां ते चढ़ गए ते नगारे वजन लग पे भी हुण मिलनी आरंभ होण लगी है जी। हां जी नगारियां वाले ना जी पहला ही ਉਹ ਨਗਾਰਾ ਲੈ ਕੇ ਤਿਆਰ ਹੋ ਗਏ। ਨਿਹੰਗ ਸਿੰਘ ਫੌਜਾਂ ਆਈਆਂ ਜੇ ਕਿਸੇ ਨੂੰ ਨਗਾਰਾ ਵਜਾਉਣਾ ਆਉਂਦਾ ਤੇ ਇੱਥੇ ਤਬਲਾ ਲੈ ਕੇ ਬਹਿ ਜੇ ਜੀ ਉਹਦੀ। ਹਾਂਜੀ ਕਿਸੇ ਨੂੰ ਆਉਂਦਾ ਜੀ ਨਗਾਰਾ ਵਜਾਉਣਾ ਜੀ। ਜਦੋਂ ਮਿਲਣੀ ਹੋਣੀ ਨਾ ਜੀ ਉਦੋਂ ਨਗਾਰੇ ਵੱਜਣੇ ਤੇ ਬੜਾ ਆਨੰਦ ਬਣਨਾ ਜੀ। ਗੱਜ ਕੇ ਆਖੋ ਬੜਾ ਆਨੰਦ ਬਣਨਾ ਜੀ। ਹਾਂਜੀ ਵਾਹਨ ਭਜਾਏ ਵਾਹਨ ਉਡਾਏ। ਹਾਂਜੀ ਮਿਲ ਆਪ ਮਾਹੇ ਆਨੰਦ ਉਪਾਏ। ਗੁਰਮੁਖੋ ਬੜਾ ਆਨੰਦ ਵਾਲਾ ਸਮਾਂ ਬਣ ਗਿਆ। ਇੱਧਰ ਬਾਬਾ ਹਰਜਸ ਜੀ ਖਲੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸਵਾਰੀ ਤੋਂ ਨਹੀਂ ਉਤਰੇ ਜੀ ਅਜੇ ਜੀ। ਮਾਮਾ ਕਿਰਪਾਲ ਚੰਦ ਜੀ ਆਪਣੀ ਸਵਾਰੀ ਤੋਂ ਉਤਰ ਕੇ ਅੱਗੇ ਗਏ ਹਨ। ਹਾਂਜੀ ਜਨ ਨਦੀ ਹਰਖ ਕੀ ਉਮੰਡ ਦੋਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋ ਪਰਿਵਾਰਾਂ ਦਾ ਮੇਲ ਹੋਣ ਲੱਗਾ। ਇੱਕ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਇੱਕ ਪਰਿਵਾਰ ਬਾਬਾ ਹਰਜਸ ਜੀ ਦਾ ਜੀ। ਹਾਂਜੀ ਮਾਨੋ ਇਉਂ ਲੱਗਾ ਜਿਵੇਂ ਦੋ ਦਰਿਆਵਾਂ ਦਾ ਸੁਮੇਲ ਹੋਣ ਲੱਗਾ ਹੋਵੇ ਜੀ। ਹਾਂਜੀ ਹੋਏ ਸੰਗਮ ਅੰਗ ਉਮੰਗ ਸੋਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਦੋਵੇਂ ਪਾਸੇ ਹੀ ਬੜਾ ਚਾਅ ਬਣਿਆ ਪਿਆ ਜੀ। ਹਾਂਜੀ ਇੱਧਰ ਸਿੱਖ ਸੰਗਤਾਂ ਬੜੇ ਚਾਅ 'ਚ, ਬਾਬਾ ਰਾਮ ਕੋਇਰ ਜੀ ਹੋਣੀ ਸਾਰੇ ਥੱਲੇ ਖਲੋ ਗਏ। ਇਹ ਬਰਾਤ ਆਮ ਬਰਾਤ ਨਹੀਂ ਹੈਗੀ ਸੰਗਤ ਜੀ, ਇਸ ਬਰਾਤ ਵਿੱਚ ਬ੍ਰਹਮ ਗਿਆਨੀ ਸ਼ਾਮਿਲ ਹਨ ਜੀ। ਬ੍ਰਹਮ ਗਿਆਨੀ, ਹਾਂਜੀ ਬਾਬਾ ਰਾਮ ਕੋਇਰ ਜੀ ਬ੍ਰਹਮ ਗਿਆਨੀ ਹਨ। ਸਾਰੇ ਪਹਿਲਾਂ ਹੀ ਆ ਕੇ ਖਲੋ ਗਏ ਤੇ ਮਿਲਣੀ ਦਾ ਸਮਾਂ ਬਣ ਰਿਹਾ ਹੌਲੀ ਹੌਲੀ। ਹਾਂਜੀ ਗਨ ਵਸਤ ਅਗਰ ਗੁਰ ਕੇ ਟਿਕਾਏ। ਹਾਂਜੀ ਸਭ ਪਰੇ ਪਾਏ ਚਿਤ ਚਾਏ ਚਾਏ। ਪਹਿਲਾਂ ਸਾਰੇ ਇੱਕ ਵਾਰੀ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਗਏ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਆਪਣੇ ਆਸਣ ਤੇ ਸੱਜੇ ਹੋਏ ਜੀ, ਅਸਵਾਰੀ ਤੇ ਸੱਜੇ ਨੇ ਤੇ ਮਹਾਰਾਜ ਸਾਹਿਬ ਜੀ ਦਾ ਉਮਰ ਤੇ ਬਹੁਤੀ ਵੱਡੀ ਨਹੀਂ ਸੀ ਹੈਗੀ। ਹੋ ਸਕਦਾ ਜੇ ਚੰਗੀ ਤਰ੍ਹਾਂ ਦਾੜਾ ਵੀ ਨਾ ਪ੍ਰਕਾਸ਼ ਹੋਇਆ ਹੋਵੇ ਜੀ। ਹਾਂਜੀ ਬਹੁ ਬਿਨੈ ਭਨੀ ਸਭ ਹੱਥ ਬੰਦ। ਹਾਂਜੀ ਹਮ ਅਲਪ ਲਗੂ ਤੁਮ ਬੜ ਬਿਲੰਦ। ਤੇ ਬਾਬਾ ਹਰਜਸ ਜੀ ਪਹਿਲਾਂ ਦਸਵੇਂ ਪਾਤਸ਼ਾਹ ਕੋ ਜਾ ਕੇ ਪਤਾ ਕੀ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਬੜੇ ਛੋਟੇ ਜੀਵ ਹੈਗੇ ਹਾਂ ਮਹਾਰਾਜ। ਸੱਚੇ ਪਾਤਸ਼ਾਹ ਤੁਸੀਂ ਇੰਨੇ ਵੱਡੇ ਪਾਤਸ਼ਾਹ, ਸਾਡੇ ਇਸ ਸਥਾਨ ਤੇ ਬਰਾਤ ਲੈ ਕੇ ਆਏ, ਦੁੱਲੇ ਬਣ ਕੇ ਆਏ। ਸੱਚੇ ਪਾਤਸ਼ਾਹ ਹੀ ਕਈ ਜਨਮ ਵੀ ਲਈਏ ਤੇ ਤੁਹਾਡਾ ਦੇਣਾ ਨਹੀਂ ਦੇ ਸਕਦੇ ਜੀ। ਸੰਗਤ ਜੀ ਗੁਰੂ ਘਰ ਵਿੱਚ ਨਿਭਦੀ ਉਹਨਾਂ ਦੀ ਜਿਹੜੇ ਨਿਮਰਤਾ ਰੱਖਣ ਜੀ। ਹਾਂਜੀ ਜਿਹੜੇ ਪਹਿਲਾਂ ਹੀ ਹੰਕਾਰ ਵਾਲੇ ਬਣੇ ਹੋਣ ਉਹਨਾਂ ਦੀ ਕਦੀ ਨਹੀਂ ਨਿਭਦੀ ਜੀ। ਬਾਬਾ ਹਰਜਸ ਜੀ ਨੇ ਬੜੀ ਨਿਮਰਤਾ ਵਾਲੇ ਬੋਲ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਮਹਾਰਾਜ ਤੁਹਾਡਾ ਬੜਾ ਸ਼ੁਕਰ ਹੈ ਸੱਚੇ ਪਾਤਸ਼ਾਹ, ਅਸੀਂ ਗਰੀਬ ਜੇ ਬੰਦੇ ਤੇ ਇੰਨੇ ਵੱਡੇ ਪਾਤਸ਼ਾਹ ਤੁਸੀਂ ਸਾਡੇ ਅਸਥਾਨ ਤੇ ਜੰਜ ਲੈ ਕੇ ਆਏ, ਬਰਾਤ ਲੈ ਕੇ ਆਏ। ਹਾਂਜੀ ਨਿਜ ਦਾਸ ਜਾਨ ਪਤਲੇ ਹੋ ਰਾਖ। ਗੱਜ ਕੇ ਆਖੋ ਵਾਹਿਗੁਰੂ। ਪਤਾ ਬਾਬਾ ਜੀ ਕੀ ਕਹਿ ਰਹੇ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਛੋਟੇ ਜਿਹੇ ਦਾਸ ਸਮਝ ਕੇ ਸਾਡੀ ਇੱਜ਼ਤ ਰੱਖਣ ਵਾਸਤੇ ਤੁਸੀਂ ਆ ਗਏ ਜੀ। ਇੱਕ ਤੇ ਸਾਧ ਸੰਗਤ ਜੀ ਵੈਸੇ ਦੁਨਿਆਵੀ ਤੌਰ ਤੇ ਕੁੜਮਾਚਾਰੀ ਦਾ ਰਿਸ਼ਤਾ ਬਣ ਰਿਹਾ ਜੀ, ਦੂਜੇ ਪਾਸੇ ਗੁਰੂ ਤੇ ਸਿੱਖ ਦਾ ਵੀ ਰਿਸ਼ਤਾ ਹੈਗਾ ਜੀ ਇਹ ਜੀ, ਤੇ ਸਿੱਖ ਦੀ ਤੇ ਸਦਾ ਹੀ ਸੱਚੇ ਪਾਤਸ਼ਾਹ ਇੱਜ਼ਤ ਰੱਖਦੇ ਜੀ। ਹਾਂਜੀ ਆਪ ਕਿਰਪਾ ਕਰੀ ਪੂਰਨ ਭਿਲਾਖ। ਹਾਂਜੀ ਤਬ ਦਇਆ ਰਾਮ ਪ੍ਰੇਰਿਓ ਕਿਰਪਾਲ। ਹੁਣ ਦਇਆ ਰਾਮ ਜੀ ਇਹ ਛੇਵੇਂ ਪਾਤਸ਼ਾਹ ਦੇ ਵੇਲੇ ਦੇ ਸਿੱਖ ਨੇ ਜੀ।
भाई दया राम जी छेवें पातशाह दे वेले दे सिख इन्हां दे पिता जी का नाम सी जाति मलक वो महाराज जी की हाजरी विच रहिंदे हुंदे सीगे दया राम जी ने प्रेरिया भी हुण मिलनी करी गए हां जी गुर ससुर साथ मिल मूदल बसाल ते गज के आखो वाहेगुरु साथ संगत जी भाई संतोख सिंह जी लिखते ने कह लगे दसवें पातशाह ने इशारा किया मामा कृपाल चंद जी नूं जी एहो जे समय विच ना बड़ा कुछ याद हुंदा जदों मिलनी होनी होवे ते परिवार दा इक अद्धा विच जी ना होवे जी सारिआं दा ध्यान गुरु तेग बहादुर साहिब जी वल गया होएगा भी मिलनी ते उहनां ने करनी हैगी जी पर दसवें पातशाह अपनी सवारी ते सजे मामा कृपाल चंद जी नूं इशारा किया जी भावें मामा कृपाल चंद जी नूं पता भी मिलनी आपां ही करनी है पर सिख गुरु जी दे इशारे विच रहिंदा है जी महाराज ने इशारा किया गुर ससुर साथ मिल मुद विसाल फिर जाके मामा कृपाल चंद जी अगे होए ते साध संगत जी भाई हरजस जी ते मामा कृपाल चंद जी दी मिलनी होण लगी है जी हां जी शुभ वस्त्र हरख दीन सतुरंग साध संगत जी गुरु साहब जी दे सोहरा साहब ने मामा कृपाल चंद जी नूं बस्त्र भेटा किते जी मिलन लगे आ ना जी पहला बस्त्र भेटा किते मामा कृपाल चंद जी नूं हां जी घर मिले जुगल मन धीर उमंग ते साध संगत सारे ही बड़े खुश सन खुशियां दा वेला सीगा महाराज साहब जी दे सोहरा साहब ते मामा कृपाल चंद जी गले मिले ते नगारा बजाउण वालिआं ने उच्ची नगारा बजाया जी बोले सोनिहाल श्री अकाल बोले कारण पता की ही गा संगत जी महाराज सच्चे पातशाह बादशाह ने बादशाह जिथे सतगुरु ने ना जी उथे सच्चे पातशाह बादशाह भी ने जी हां जी ते कल्ले बादशाह ते दुनियावी शब्द है ना जी सच्चे पातशाह पातशाहां दे पातशाह ने जी हां जी ओ एडे वड्डे सतगुरां दे बाप दी मिलनी हो रही है ते फौजां बड़ियां लग खुश होईआं जी ਉਹਨਾਂ ਨੇ ਨਗਾਰੇ ਵਜਾਏ ਬੜਾ ਆਨੰਦ ਵਾਲਾ ਮੌਕਾ ਬਣਿਆ ਸਨਮਾਨ ਜਾਨ ਗੁਰ ਤੈਨੂੰ ਕੇਰ ਹਾਂਜੀ ਪਕਵਾਨ ਲੀਨ ਦੀਏ ਬਾਂਟ ਫੇਰ ਤੇ ਬਹੁਤੀਆਂ ਮਿਲਣੀਆਂ ਨਹੀਂ ਕੀਤੀਆਂ ਗਈਆਂ ਜੀ ਬਸ ਸਨਮਾਨ ਦੇ ਨਾਲ ਮਠਿਆਈ ਇੱਕ ਦੂਜੇ ਨੂੰ ਵਟਾਈ ਗਈ ਜੀ ਹਾਂਜੀ ਸਭ ਜਥਾ ਯੋਗ ਕਰ ਤੈਨੂੰ ਸਾਥ ਕਰ ਬੇ ਟੁਕਾਓ ਪੁਨ ਚਹਿਤ ਨਾਥ ਤੇ ਹੁਣ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਤ ਅੰਦਰ ਨੂੰ ਜਾਣੀ ਹੈ ਜੀ ਗੁਰੂ ਕੇ ਲਾਹੌਰ ਨੂੰ ਤੇ ਘੋੜੇ ਦੀ ਕੀ ਲਗਾਮ ਹੁੰਦੀ ਨਾ ਜੀ ਉਹ ਜਿਹੜੀ ਅੱਗੋਂ ਫੜਨੀ ਹਾਂਜੀ ਘੋੜੇ ਦੀ ਲਗਾਮ ਮਹਾਰਾਜ ਜੀ ਦੇ ਸਹੁਰਾ ਸਾਹਿਬ ਬਾਬਾ ਹਰਜਸ ਜੀ ਨੇ ਫੜ ਲਈ ਜੀ ਐਡੇ ਵੱਡੇ ਪਾਤਸ਼ਾਹ ਜਵਾਈ ਭਾਈ ਬਣ ਕੇ ਆਏ ਛੋਟੀ ਗੱਲ ਹੈ ਜੀ ਕਿਤੇ ਜੀ ਹਾਂਜੀ ਲਗਾਮ ਫੜ ਲਈ ਘੋੜੇ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਅੱਗੇ ਅੱਗੇ ਜਾ ਰਹੇ ਤੇ ਨਾਲੇ ਸ਼ਬਦ ਪੜ੍ਹਦੇ ਜਾਣ ਹਮ ਘਰ ਸਾਜਨ ਆਏ ਹਮ ਘਰ ਸਾਜਨ ਆਏ ਹਮ ਘਰ ਸਾਜਨ ਆਏ ਵਾਹਿਗੁਰੂ ਹਮ ਘਰ ਸਾਜਨ ਆਏ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਜਪਦੇ ਹੋਏ ਅੱਗੇ ਲੈ ਕੇ ਜਾ ਰਹੇ ਹਨ ਹਾਂਜੀ ਤਬ ਚਲੇ ਪੁਰੀ ਕੇ ਸਮੁਖ ਹੋਏ ਹੁਣ ਐ ਗੁਰੂ ਕੇ ਲਾਹੌਰ ਦੇ ਸਾਹਮਣੇ ਸੱਚੇ ਪਾਤਸ਼ਾਹ ਆ ਗਏ ਇਹ ਗੁਰੂ ਕਾ ਲਾਹੌਰ ਦਸਵੇਂ ਪਾਤਸ਼ਾਹ ਨੇ ਆਪ ਵਸਵਾਇਆ ਹੈ ਜੀ ਆਪ ਸਾਰਾ ਕੁਝ ਤਿਆਰ ਕੀਤਾ ਸੱਚੇ ਪਾਤਸ਼ਾਹ ਨੇ ਗੁਰੂ ਕੇ ਲਾਹੌਰ ਦਾ ਹਾਂਜੀ ਨਰ ਮਿਲੇ ਹਜ਼ਾਰੋਂ ਦਿਸ਼ਣ ਦੋਏ ਹਜ਼ਾਰਾਂ ਮਨੁੱਖ ਇਧਰੋਂ ਉਧਰੋਂ ਮਿਲਾਪ ਹੋਇਆ ਜੀ ਆਮ ਹੀ ਕਿਸੇ ਬੰਦੇ ਦੀ ਸ਼ਾਦੀ ਹੋਵੇ 500-600 ਬੰਦਾ ਤਾਂ ਉਹ ਹੀ ਸੱਦ ਲੈਂਦਾ ਸੰਗਤ ਜੀ ਐਡੇ ਵੱਡੇ ਪਾਤਸ਼ਾਹ ਮਹਾਰਾਜ ਦਸਵੇਂ ਪਾਤਸ਼ਾਹ ਹਜ਼ਾਰਾਂ ਹੀ ਮਹਾਰਾਜ ਜੀ ਦੇ ਨਾਲ ਆਏ ਨੇ ਤੇ ਹਜ਼ਾਰਾਂ ਉਸ ਪਾਸਿਓਂ ਆ ਰਹੇ ਨੇ ਜੀ ਲੜਕੀ ਵਾਲਿਆਂ ਪਾਸੋਂ ਧੰਨ ਮਾਤਾ ਜੀਤੋ ਜੀ ਵਾਲੇ ਪਾਸਿਓਂ ਜੀ ਹਾਂਜੀ ਹਜ਼ਾਰਾਂ ਸੰਗਤਾਂ ਦਾ ਮੇਲ ਮਿਲਾਪ ਹੋ ਰਿਹਾ ਹੈ ਜੀ ਹਾਂਜੀ ਬਰਖਨ ਲਗਿਓ ਧੰਨ ਏਕ ਸਾਰ ਤੇ ਫਿਰ ਬਜ਼ੁਰਗ ਮਸੰਦ ਜਿਨ੍ਹਾਂ ਨੂੰ ਟ੍ਰੇਨਡ ਕੀਤਾ ਹੋਇਆ ਸੀ ਪੂਰਾ ਜੀ ਮਹਾਰਾਜ ਜੀ ਦੇ ਸਹੁਰਾ ਸਾਹਿਬ ਨੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਘੋੜੀ ਤੇ ਸੱਜੇ ਸਨ ਜੀ ਘੋੜੀ ਤੇ ਸਨ ਸੱਚੇ ਪਾਤਸ਼ਾਹ ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਇੱਕ ਸਾਰ ਧੰਨ ਦੀ ਵਰਖਾ ਕਰਨ ਲੱਗ ਪਏ ਜੀ ਉਹ ਜੀ
ਇਹ ਗੱਲ ਸੁਣ ਕੇ ਕਿਤੇ ਤਰਕ ਚ ਨਾ ਆ ਜਾ ਕਰਿਓ, ਕਿਉਂ ਬੜੇ ਲੋਕ ਬੜੀਆਂ ਗੱਲਾਂ ਕਰਦੇ, ਗੁਰਮੁਖੋ ਦਸਵੇਂ ਪਾਤਸ਼ਾਹ ਤੋਂ ਤੇ ਸਭ ਕੁਝ ਵਾਰ ਦਿੱਤਾ ਜਾਵੇ ਤੋ ਵੀ ਥੋੜਾ ਹੀ ਹੈਗਾ ਹੈ ਜੀ। ਮਹਾਰਾਜ ਦੇ ਉੱਤੇ ਇੱਕ ਸਾਰ ਧਨ ਦੀ ਵਰਖਾ ਹੋ ਰਹੀ ਹੈ ਤੇ ਹੁਣ ਤੇ ਗੁਰਦੁਆਰਾ ਸਾਹਿਬ ਵੀ ਉੱਥੇ ਬਣਿਆ ਜੀ, ਗੁਰਦੁਆਰਾ ਸਿਹਰਾ ਸਾਹਿਬ, ਜਿੱਥੇ ਜਾ ਕੇ ਮਹਾਰਾਜ ਨੇ ਸਿਹਰਾ ਸਜਾਇਆ ਹੈਗਾ ਜੀ। ਅਸਲ ਵਿੱਚ ਆਪਾਂ ਪਾਤਸ਼ਾਹਾਂ ਦੀ ਰੀਸ ਕਰਨ ਲੱਗ ਪੈਂਦੇ ਹਾਂ, ਕੁਝ ਗੱਲਾਂ ਪਾਤਸ਼ਾਹਾਂ ਨੂੰ ਹੀ ਸੋਹਣੀਆਂ ਲੱਗਦੀਆਂ, ਆਮ ਬੰਦਿਆਂ ਨੂੰ ਨਹੀਂ ਸੋਹਣੀਆਂ ਲੱਗਦੀਆਂ ਜੀ। ਹਾਂਜੀ, ਉਹ ਸਾਧ ਸੰਗਤ ਜੀ, ਸਿਹਰਾ ਸਾਹਿਬ ਮਹਾਰਾਜ ਸਾਹਿਬ ਨੇ ਸਜਾਇਆ, ਕਲਗੀ ਸਜਾਈ ਤੇ ਧਨ ਦੀ ਵਰਖਾ ਹੋ ਰਹੀ ਹੈ। ਹਾਂਜੀ, ਜਨ ਉਨਮ ਜਲਦ ਜਲ ਜਲਦ ਡਾਰ, ਐ ਧਨ ਦੀ ਵਰਖਾ ਕਰ ਰਹੇ ਜਿਵੇਂ ਮੀਂਹ ਪੈ ਰਿਹਾ ਹੋਵੇ ਮਾਇਆ ਦਾ। ਹਾਂਜੀ, ਗਨ ਬਜਤ ਬਾਜ ਭਈ ਧੂਮ ਧਾਮ, ਤੇ ਮਹਾਰਾਜ ਸੱਚੇ ਪਾਤਸ਼ਾਹ ਘੋੜੇ ਤੇ ਜਾ ਰਹੇ ਤੇ ਨਗਾਰਾ ਵਜਾਉਣ ਵਾਲਾ ਨਗਾਰਾ ਵਜਾ ਰਿਹਾ ਹੈ ਜੀ। ਸੁਰਤ ਚ ਦਰਸ਼ਨ ਕਰੋ, ਮਹਾਰਾਜ ਘੋੜੇ ਤੇ ਬੈਠੇ ਜਾ ਰਹੇ ਨੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਬੜ ਉੱਠੀ ਧੂਲ ਲਈਏ ਛਾਦ ਦਾਮ, ਤੇ ਬਹੁਤ ਜ਼ਿਆਦਾ ਧੂਲ ਵੀ ਉੱਠਦੀ, ਉਹਨਾਂ ਪੱਕੀਆਂ ਸੜਕਾਂ ਨਹੀਂ ਨਾ ਜੀ ਹੁੰਦੀਆਂ ਜੀ, ਉਹ ਕੱਚਾ ਪਿੱਲਾ ਹੀ ਕੰਮ ਹੁੰਦਾ ਸੀਗਾ ਜੀ, ਉਹ ਘੋੜਿਆਂ ਦੇ ਨਾਲ ਧੂੜ ਵੀ ਉੱਡ ਰਹੀ ਹੈ ਪੂਰੀ। ਹਾਂਜੀ, ਚੜ ਕੇ ਉਤੰਗ ਨਰ ਨਾਰ ਹੇਰ, ਐ ਲੋਕ ਉੱਚਾ ਉੱਚੀ ਥਾਂ ਤੇ ਚੜ ਚੜ ਕੇ ਦਸਵੇਂ ਪਾਤਸ਼ਾਹ ਨੂੰ ਵੇਖਦੇ, ਬੀਬੀਆਂ ਕਹਿੰਦੀਆਂ ਨੀ ਦੁੱਲੇ ਨੂੰ ਵੇਖਣਾ ਕਹਿਣ ਲੱਗੀਆਂ। ਹਾਂਜੀ, ਉੱਚੀ ਉੱਚੀ ਥਾਂ ਤੇ ਚੜ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਸਾਰੇ। ਹਾਂਜੀ, ਕਹਿ ਬਚ ਬਰਾਤ ਆਈ ਵਡੇਰ, ਤੇ ਆਪਸ ਚ ਗੱਲਾਂ ਕਰਦੀਆਂ, ਬੜੀ ਵੱਡੀ ਬਰਾਤ ਆਈ ਕਹਿਣ ਲੱਗੀਆਂ, ਬੜੀ ਵੱਡੀ ਬਰਾਤ ਆਈ, ਆਵੇ ਵੀ ਕਿਉਂ ਨਾ, ਵੱਡੇ ਪਾਤਸ਼ਾਹ ਦੀ ਬਰਾਤ ਹੈ ਜੀ। ਹਾਂਜੀ, ਕਰ ਰੰਕ ਤ੍ਰਿਪਤ ਧਨ ਕੋ ਬਰਖਾਏ, ਤੇ ਉਹ ਜਿਹੜੇ ਮਾਇਆ ਸੁੱਟ ਰਹੇ ਨੇ ਜੀ, ਵਰਖਾ ਕਰ ਰਹੇ ਨੇ, ਗਰੀਬ ਲੋਕ ਜਿਨ੍ਹਾਂ ਕੋਲ ਮਾਇਆ ਦੀ ਕਮੀ ਸੀ ਉਹ ਮਾਇਆ ਵਿੱਚੋਂ ਫਿਰ ਇਕੱਠੀ ਕਰ ਰਹੇ ਨੇ ਜੀ। ਹਾਂਜੀ, ਤੇ ਸਦਨ ਪੌਰ ਲੱਗ ਸਕਲ ਜਾਏ, ਤੇ ਸਾਧ ਸੰਗਤ ਜੀ ਜਿੰਨਾ ਚਿਰ ਤੱਕ ਮਹਾਰਾਜ ਪੰਡਾਲ ਵਾਲੇ ਅਸਥਾਨ ਤੇ ਨਹੀਂ ਪਹੁੰਚੇ ਉਹਨਾਂ ਚਿਰ ਤੱਕ ਨਗਾਰੇ ਵੀ ਵੱਜਦੇ ਰਹੇ ਤੇ ਉਹਨਾਂ ਚਿਰ ਤੱਕ ਧਨ ਦੀ ਵਰਖਾ ਵੀ ਹੁੰਦੀ ਰਹੀ ਜੀ। ਹਾਂਜੀ, ਸਭ ਹਟੇ ਬਹੁਰ ਜਨ ਵਾਸ ਥਾਨ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਜੰਜ ਘਰ ਬਣਾਇਆ ਸੀ ਮਹਾਰਾਜ ਉੱਥੇ ਪਹੁੰਚ ਗਏ ਸੱਚੇ ਪਾਤਸ਼ਾਹ। ਹਾਂਜੀ, ਗੁਰ ਕਰੇ ਖਰੇ ਜਹ ਪੌਰ ਜਾਨ, ਤੇ ਸੱਚੇ ਪਾਤਸ਼ਾਹ ਮੁੱਖ ਦਰਵਾਜ਼ੇ ਤੇ ਜਾ ਕੇ ਖਲੋ ਗਏ, ਹੱਥ ਵਿੱਚ ਬੜਾ ਵਧੀਆ ਸੋਨੇ ਦੀ ਮੁੱਠ ਵਾਲਾ ਸ੍ਰੀ ਸਾਹਿਬ ਸੱਚੇ ਪਾਤਸ਼ਾਹ ਨੇ ਫੜਿਆ ਹੋਇਆ ਜੀ। ਹਾਂਜੀ, ਸ਼ਸਤਰ ਬਸਤਰ ਵੀ ਪੂਰੇ ਸਜਾਏ ਸੱਚੇ ਪਾਤਸ਼ਾਹ ਨੇ, ਮਹਾਰਾਜ ਮੁੱਖ ਦਰਵਾਜ਼ੇ ਲਾਗੇ ਜਾ ਕੇ ਖਲੋ ਗਏ, ਮਹਾਰਾਜ ਦੇ ਪੰਜੋ ਭਰਾ ਮਹਾਰਾਜ ਦੇ ਨਾਲ ਨੇ ਜੀ, ਮਾਮਾ ਕਿਰਪਾਲ ਚੰਦ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹਨ। ਹਾਂਜੀ, ਗਨ ਨਾਰ ਆਰਤੀ ਹੱਥ ਧਾਰ, ਹਾਂਜੀ ਬਹੁ ਗਾਏ ਗੀਤ ਕਰ ਕਰ ਸਿੰਗਾਰ, ਆਗੋ ਪਾਸੋਂ ਫਿਰ ਗੁਰਮੁਖੋ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਵਿੱਚ ਮਾਤਾਵਾਂ ਨੇ ਕਈ ਕੁਝ ਕੀਤਾ, ਤੇ ਹੁਣ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਜੰਜ ਘਰ ਵਾਲੀ ਥਾਂ ਤੇ ਆ ਗਏ ਨੇ ਜੀ। ਹਾਂਜੀ, ਬੜਵਾ ਸੁ ਤਿਆਗ ਉਤਰੇ ਅਲੋਏ, ਮਹਾਰਾਜ ਪਹਿਲਾਂ ਹੀ ਬੜਵਾ ਉਤਾਰ ਕੇ ਬੜੇ ਆਨੰਦ ਦੇ ਨਾਲ ਥੱਲੇ ਖਲੋ ਕੇ ਆਪਣੇ ਸਾਰੇ ਪਰਿਵਾਰ ਨੂੰ ਸਹੁਰੇ ਪਰਿਵਾਰ ਦੇ ਦਰਸ਼ਨ ਕਰ ਰਹੇ ਤੇ ਉਹਨਾਂ ਨੂੰ ਦਰਸ਼ਨ ਦੇ ਰਹੇ ਨੇ। ਹਾਂਜੀ, ਚੌਕੀ ਡਸਾਏ ਤਿਸ ਪਰ ਖਰੋਏ, ਤੇ ਗੱਜ ਕੇ ਆਖੋ ਵਾਹਿਗੁਰੂ। ਅਜੇ ਮਹਾਰਾਜ ਦਾ ਕੱਦ ਬਹੁਤਾ ਉੱਚਾ ਨਹੀਂ ਹੈਗਾ ਜੀ, ਸੱਚੀ ਗੱਲ ਉਦੋਂ ਅਵਸਥਾ ਬਾਲਪਨਾ ਵਾਲੀ ਸੀਗੀ ਜੀ, ਤੇ ਬੜੀ ਵਧੀਆ ਚੰਦਨ ਦੀ ਚੌਂਕੀ ਡਾਹੀ ਗਈ ਸੀਗੀ ਜੀ ਮਹਾਰਾਜ ਨੇ ਇਸ ਤਰ੍ਹਾਂ ਤਾਂ ਕਰਕੇ ਨਾ ਜੀ ਸਿਹਰਾ, ਤੇ ਉਸ ਚੰਦਨ ਦੀ ਚੌਂਕੀ ਤੇ ਖਲੋ ਕੇ ਸਾਰੀ ਸੰਗਤ ਨੂੰ ਦਰਸ਼ਨ ਦਿੱਤੇ ਜੀ। ਸੰਗਤ ਬੜੀ ਖੁਸ਼, ਮਹਾਰਾਜ ਨੇ ਸਭ ਨੂੰ ਇਸ ਤਰ੍ਹਾਂ ਹੱਥ ਕਰਕੇ ਕੀਤਾ ਜੀ, ਜਿਹਦੇ ਵੱਲ ਮਹਾਰਾਜ ਸੱਚੇ ਪਾਤਸ਼ਾਹ ਵੇਖ ਰਹੇ ਸਨ ਨਾ, ਉਹਨੂੰ ਇਉਂ ਮਹਿਸੂਸ ਹੁੰਦਾ ਸੀ ਵੀ ਮੈਨੂੰ ਸਭ ਕੁਝ ਹੀ ਮਿਲ ਗਿਆ ਅੱਜ ਜੀ, ਮੇਰੇ ਵੱਲ ਦਸਵੇਂ ਪਾਤਸ਼ਾਹ ਨੇ ਵੇਖ ਲਿਆ। ਕਿਤੇ ਛੋਟੀ ਗੱਲ ਹੈ, ਮੈਂ ਦਾਸ ਨੇ ਬੜੀ ਵਾਰੀ ਬਚਨ ਕੀਤਾ ਵੀ ਸੁਰਤ ਕਰਕੇ ਜੇ ਤੁਸੀਂ ਪ੍ਰੇਮ ਨਾਲ ਕਥਾ ਸੁਣਦੇ ਹੋ, ਹੁਣੇ ਦਸਵੇਂ ਪਾਤਸ਼ਾਹ ਇੱਥੇ ਆ ਕੇ ਖਲੋ ਜਾਣ ਤੇ ਸਾਡੇ ਅੰਦਰ ਕੀ ਹਾਵ ਭਾਵ ਬਣਨਗੇ ਜੀ। ਹਾਂਜੀ, ਉਹ ਇੱਕਦਮ ਹੀ ਸਾਰੇ ਨਿਹਾਲ ਹੋ ਗਏ ਜੀ, ਜਿਹਦੇ ਵੱਲ ਮਹਾਰਾਜ ਨੇ ਵੇਖਿਆ ਉਹ ਹੀ ਨਿਹਾਲ ਹੁੰਦਾ ਗਿਆ ਜੀ। ਹਾਂਜੀ, ਕਰ ਨਮੋ ਨਾਰ ਗੁਰ ਕੋ ਨਿਹਾਰ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰ ਨਮੋ ਨਾਰ ਗੁਰ ਕੋ ਨਿਹਾਰ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੱਸ ਮਾਤਾ ਜੀ ਆਏ ਜੀ, ਮਹਾਰਾਜ ਨੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਸੱਸ ਮਾਤਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਹੀ ਤੇ ਬੜੇ ਗਰੀਬ ਜੇ ਹੈਗੇ ਆ, ਕਹਿਣ ਲੱਗੇ ਮਹਾਰਾਜ ਤੁਸੀਂ ਐਡੇ ਵੱਡੇ ਪਾਤਸ਼ਾਹ ਜਗਤ ਦੇ। ਹਾਂਜੀ, ਤਬ ਕਰੀ ਆਰਤੀ ਭੁਜ ਪਸਾਰ, ਉਹਨਾਂ ਨੇ ਆਰਤੀ ਸੱਚੇ ਪਾਤਸ਼ਾਹ ਜੀ ਦੀ ਕੀਤੀ ਜੀ, ਉਦੋਂ ਦੀਆਂ ਇਹ ਮਰਜ਼ਾਦਾਵਾਂ ਸਨ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਸਤਿਕਾਰ ਕੀਤਾ ਦਸਵੇਂ ਪਾਤਸ਼ਾਹ ਦਾ। ਹਾਂਜੀ, ਕੁਲ ਰੀਤ ਕਰੀ ਸਗਰੀ ਸੰਭਾਰ, ਜਿਹੜੀ ਉਹਨਾਂ ਦੀ ਕੁਲ ਦੀ ਰੀਤੀ ਸੀਗੀ
ਉਹ ਸਾਧ ਸੰਗਤ ਦੀ ਉਹਨਾਂ ਨੇ ਪੂਰੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਾਰੀਆਂ ਮਰਜ਼ਾਦਾਵਾਂ ਕਰਕੇ ਜਿੱਥੇ ਆਸਣ ਲਾਇਆ ਸੱਚੇ ਪਾਤਸ਼ਾਹ ਨੂੰ ਉੱਥੇ ਲੈ ਗਏ। ਮਹਾਰਾਜ ਗਰੀਬ ਨਵਾਜ਼ ਬੜੀ ਸਹਿਜੇ ਸਹਿਜੇ ਤੁਰ ਰਹੇ ਨੇ, ਗੱਜ ਕੇ ਆਖੋ, ਬੜਾ ਹੌਲੀ ਹੌਲੀ ਸੱਚੇ ਪਾਤਸ਼ਾਹ ਕਦਮ ਰੱਖ ਰਹੇ ਨੇ, ਹੌਲੀ ਹੌਲੀ ਸੱਚੇ ਪਾਤਸ਼ਾਹ ਤੁਰ ਰਹੇ ਨੇ। ਜਿੱਧਰ ਹਰ ਜਸ ਜੀ ਲੈ ਕੇ ਜਾਂਦੇ ਮਹਾਰਾਜ ਉਧਰ ਤੁਰ ਰਹੇ ਨੇ। ਹਾਂਜੀ, ਦੀਰਗ ਸੁਹਾਏ ਜਿਨ ਅਨਿਕ ਰੰਗ, ਹਾਂਜੀ, ਰੇਸ਼ਮ ਸੁਡੋਰ ਲਾਗੇ ਉਤੰਗ, ਹਾਂਜੀ, ਗੁਰ ਹਿਤ ਬਿਲੰਦ ਤੰਬੂ ਲਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਵਿਸ਼ੇਸ਼ ਤੰਬੂ ਲਾਇਆ ਗਿਆ ਸੀਗਾ ਜੀ, ਸੋਹਣਾ ਚੰਦੋਆ ਸਾਹਿਬ ਲਾਇਆ ਗਿਆ ਸੀਗਾ, ਬੜਾ ਸੋਹਣਾ ਆਸਣ ਮਹਾਰਾਜ ਵਾਸਤੇ ਤਿਆਰ ਕੀਤਾ ਗਿਆ ਸੀਗਾ। ਹਾਂਜੀ, ਤਹਿ ਬਰੇ ਜਾਏ ਸਤਿਗੁਰ ਸੁਹਾਏ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਉੱਥੇ ਪਹੁੰਚੇ ਜੀ ਜਿੱਥੇ ਮਹਾਰਾਜ ਦਾ ਆਸਣ ਲਾਇਆ ਗਿਆ ਸੀਗਾ ਜੀ। ਹਾਂਜੀ, ਦੋਹਰਾ ਬੀਚ ਚੰਦੂਆ ਚਾਨਣੀ, ਤਾਨੇ ਰੇਸ਼ਮ ਡੋਰ, ਹਾਂਜੀ, ਲਗੀ ਕਨਾਤ ਬਨਾਤ ਕੀ ਸਭ ਖਾ ਮਖਮਲ ਚਹੁ ਓਰ। ਗੁਰਮੁਖੋ, ਬੜਾ ਸੋਹਣਾ ਆਨੰਦ ਵਾਲਾ ਸਮਾਂ ਬਣਿਆ। ਉਧਰ ਸਿੱਖ ਸੰਗਤਾਂ ਦੇ ਕੋਲ ਵਾਹਿਗੁਰੂ ਸਹੁਰੇ ਪਰਿਵਾਰ ਦੀਆਂ ਇਸਤਰੀਆਂ, ਧੰਨ ਮਾਤਾ ਜੀਤੋ ਜੀ ਨੂੰ ਜਾ ਕੇ ਦੱਸਣ, ਜੀਤੋ ਤੇਰੇ ਵੱਡੇ ਭਾਗ ਨੇ ਕਹਿਣ ਲੱਗੇ, ਐਡੇ ਵੱਡੇ ਸਤਿਗੁਰੂ ਨਾਲ ਅੱਜ ਸ਼ਾਦੀ ਹੋ ਜਾਣੀ, ਵਿਆਹ ਹੋ ਜਾਣਾ, ਬੜੇ ਵੱਡੇ ਭਾਗ ਨੇ। ਦੋਵੇਂ ਪਾਸੇ ਸਾਧ ਸੰਗਤ ਜੀ, ਇੱਧਰ ਮਾਤਾ ਜੀਤੋ ਜੀ ਦੇ ਕੋਲ ਇਸਤਰੀਆਂ ਬੈਠੀਆਂ, ਉਹ ਸ਼ੁਕਰ ਵਿੱਚ ਜੁੜੀਆਂ ਹਨ। ਇੱਧਰ ਸਿੱਖ ਜਿਹੜੇ ਸਤਿਕਾਰ ਕਰ ਰਹੇ ਦਸਵੇਂ ਪਾਤਸ਼ਾਹ ਦਾ, ਉਹ ਵੀ ਸ਼ੁਕਰ 'ਚ ਜੁੜੇ ਨੇ। ਸੱਚੀ ਗੱਲ ਹੈ, ਐਡੇ ਵੱਡੇ ਪਾਤਸ਼ਾਹ ਜੇ ਕਿਸੇ ਘਰ ਜਵਾਈ ਭਾਈ ਬਣ ਕੇ ਆਏ ਹੋਣ, ਤੁਹਾਨੂੰ ਕਿਉਂ ਨਹੀਂ ਚਾਅ ਹੋਏਗਾ ਸੰਗਤ ਜੀ। ਹਾਂਜੀ, ਤਜ ਤਜ ਵਾਹਨ ਸਕਲ ਹੀ ਬੈਠੇ ਬ੍ਰਿੰਦ ਮਝਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਰਾਮ ਕੋਇਰ ਸਾਹਿਬ ਜੀ ਨੂੰ ਸੱਦਿਆ, ਆਪਣੇ ਲਾਗੇ ਆਸਣ 'ਤੇ ਉਹਨਾਂ ਨੂੰ ਬਿਠਾਇਆ ਜੀ। ਮਹਾਰਾਜ ਜੀ ਦੀ ਉਮਰ 10-10.5 ਸਾਲ, ਹੱਦ 11 ਸਾਲਾਂ ਦੀ ਹੋਏਗੀ ਜੀ, ਅਤੇ ਬਾਬਾ ਰਾਮ ਕੋਇਰ ਜੀ ਦੀ ਉਮਰ ਸਾਧ ਸੰਗਤ ਜੀ 5-6 ਸਾਲਾਂ ਦੀ ਸੀਗੀ ਜੀ। ਮਹਾਰਾਜ ਨੇ ਆਪਣੇ ਲਾਗੇ ਆਸਣ 'ਤੇ ਬਿਠਾਇਆ, ਤੁਸੀਂ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਕੁੱਲ 'ਚੋਂ ਕਹਿਣ ਲੱਗੇ। ਉਹਨਾਂ ਨੂੰ ਮਹਾਰਾਜ ਨੇ ਆਪਣੇ ਕੋਲ ਬਿਠਾਇਆ ਜੀ, ਜਲ ਪਾਣੀ ਛਕਾਇਆ ਸੱਚੇ ਪਾਤਸ਼ਾਹ ਮਹਾਰਾਜ ਨੂੰ, ਜਲ ਪਾਣੀ ਵਿੱਚ ਲੱਡੂ ਛਕਾਏ ਸੱਚੇ ਪਾਤਸ਼ਾਹ ਨੂੰ ਜੀ, ਦੁੱਧ ਪਿਆਇਆ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਪਰਿਵਾਰ ਵਾਲਿਆਂ ਨੇ। ਅਜੇ ਕੀ ਹਾੜ ਦਾ ਮਹੀਨਾ ਸੀਗਾ ਜੀ, ਹਾਂਜੀ, ਜਿਵੇਂ ਸਾਨੂੰ ਗਰਮੀ ਲੱਗ ਰਹੀ ਉਦੋਂ ਵੀ ਪੂਰੀ ਗਰਮੀ ਹੋਏਗੀ ਜੀ। ਹਾਂਜੀ, ਮਨੋ ਸੁਧਰਮਾ ਸ਼ੋਭਤੀ ਬਸਨ ਵਿਭੂਖਣ ਚਾਰ, ਹਾਂਜੀ, ਚੌਪਈ ਲਾਵਾਂ ਲੈਣ ਸਮੇਂ ਤਬ ਆਇਓ। ਜਲ ਪਾਣੀ ਛਕਿਆ ਤੇ ਸਾਧ ਸੰਗਤ ਜੀ ਲਾਵਾਂ ਦਾ ਸਮਾਂ ਹੋ ਗਿਆ ਜੀ, ਗੱਜ ਕੇ ਆਖੋ। ਆ ਸਾਡੇ ਬੰਦੇ ਨਹੀਂ ਸਮੇਂ ਦੀ ਵਿਚਾਰ ਕਰਦੇ ਜੀ, ਇਹ ਤਾਂ ਕਹਿੰਦੇ ਕੋਈ ਗੱਲ ਹੀ ਨਹੀਂ ਹੈਗੀ ਜੀ। ਪਰ ਗੁਰਮੁਖੋ, ਗੁਰੂ ਘਰ ਜੀ ਦੀ ਮਰਜ਼ਾਦਾ ਦੇ ਅਨੁਸਾਰ 12 ਵਜੇ ਤੋਂ ਪਹਿਲਾਂ ਕਾਰਜ ਹੋ ਜਾਣਾ ਚਾਹੀਦਾ ਹੈ ਜੀ। ਹਾਂਜੀ, ਇੱਥੋਂ ਤੱਕ ਜਿਹੜੇ ਪੁਰਾਤਨ ਸਨ ਉਹ ਤਾਂ ਅੰਮ੍ਰਿਤ ਵੇਲੇ ਹੀ ਮਹਾਰਾਜ ਜੀ ਦੀ ਮਿਹਰ ਖੁਸ਼ੀ ਪ੍ਰਾਪਤ ਕਰ ਲੈਂਦੇ ਸੀਗੇ ਜੀ, ਅਤੇ ਹੁਣ ਵਾਹਿਗੁਰੂ ਮਿਹਰ ਕਰੇ ਸ਼ਾਮ ਦੇ 5 ਵਜੇ ਤੱਕ ਭਾਈ ਜੀ ਦੇਗ ਬਣਾ ਕੇ ਡੀਕਦੇ ਰਹਿੰਦੇ ਜੀ, ਹੈਂ, ਅਤੇ ਫਿਰ ਵੀ ਨਹੀਂ ਦਰਸ਼ਨ ਹੁੰਦੇ ਜਵਾਨਾਂ ਦੇ ਜੀ। ਹਾਂਜੀ, ਉਹ ਫਿਰ ਹਾਰ ਕੇ ਰਹਿਰਾ ਸਾਹਿਬ ਦਾ ਪਾਠ ਕਰ ਲੈਂਦੇ ਅਤੇ ਫਿਰ ਦਰਸ਼ਨ ਦਿਦਾਰੇ ਦਿੰਦੇ ਨੇ ਜੀ। ਗਏ ਜੀ, ਲਾਵਾਂ ਦਾ ਸਮਾਂ ਹੋ ਗਿਆ ਜੀ। ਹਾਂਜੀ, ਜਾਏ ਕਿਰਪਾਲ ਸਾਥ ਤਬ ਕਹਿਓ, ਤੇ ਇੱਕ ਸਿਆਣਾ ਪੁਰਸ਼, ਵਿਦਵਾਨ ਪੁਰਸ਼, ਉਹਨੇ ਆ ਕੇ ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ ਜੀ, ਕਿਉਂ ਮਹਾਰਾਜ ਨਾਲ ਤੇ ਗੱਲ ਕਰਨੀ ਬੜੇ ਵੱਡੇ ਭਾਗਾਂ ਦੀ ਗੱਲ ਸੀਗੀ ਜੀ, ਪਰ ਮਾਮਾ ਕਿਰਪਾਲ ਚੰਦ ਜੀ ਹੋਣਾ ਨੂੰ ਉਹਨਾਂ ਨੇ ਬੇਨਤੀ ਕੀਤੀ। ਹਾਂਜੀ, ਲਾਵਾਂ ਲੈਣ ਸਮੇਂ ਅਬ ਲਹਿਓ, ਵੇ ਭਾਈ ਸਾਹਿਬ ਜੀ ਕਿਰਪਾ ਕਰੋ ਤੇ ਲਾਵਾਂ ਦਾ ਸਮਾਂ ਹੋ ਗਿਆ ਕਹਿਣ ਲੱਗੇ। ਹਾਂਜੀ, ਜਲ ਪਾਣੀ ਛਕਿਆ ਜੀ ਪਹਿਲਾਂ, ਫਿਰ ਲਾਵਾਂ ਦਾ ਸਮਾਂ ਹੋ ਗਿਆ ਜੀ। ਹਾਂਜੀ, ਤਿਆਰੀ ਕਰ ਬੈਠੇ ਹਮ ਭਵ ਨੂੰ, ਅਸੀਂ ਪੂਰੀ ਤਿਆਰੀ ਕਰਕੇ ਬੈਠੇ ਹਾਂ, ਕਿਰਪਾ ਕਰੋ ਤੇ ਲਾਵਾਂ ਦਾ ਸਮਾਂ ਹੋ ਗਿਆ। ਉੱਧਰ ਜਗਤ ਮਾਤਾ ਧੰਨ ਮਾਤਾ ਜੀਤੋ ਜੀ ਵੀ ਆ ਕੇ ਬੈਠ ਗਏ ਜੀ। ਹਾਂਜੀ, ਸਰੀਰਕ ਅਵਸਥਾ ਤਾਂ ਉਹਨਾਂ ਦੀ ਵੀ ਬੜੀ ਵੱਡੀ ਨਹੀਂ ਹੈਗੀ, ਬਹੁਤੀ ਵੱਡੀ ਨਹੀਂ, ਪਰ ਗੁਰਮੁਖੋ ਇਹਨਾਂ ਨੂੰ ਛੋਟੇ ਸਰੀਰ ਨਾ ਕਿਤੇ ਕਹਿ ਬੈਠੇ ਹੋਏ, ਰੂਹਾਂ ਦੀਆਂ ਬੜੇ ਜਨਮਾਂ ਦੀ ਕਮਾਈ ਹੁੰਦੀ ਹੈ ਜੀ। ਪਤਾ ਨਹੀਂ ਮਾਤਾ ਜੀਤੋ ਜੀ ਕਿੰਨੇ ਕੁ ਜਨਮਾਂ ਦੇ ਲੱਗੇ ਸੀਗੇ ਅਤੇ ਹੁਣ ਆ ਕੇ ਇਹ ਸਬੱਬ ਬਣਿਆ ਜੀ। ਸੱਚੀ ਗੱਲ ਤਾਂ ਹੈ, ਬਿਨਾਂ ਭਗਤੀ ਤੋਂ ਇੰਨੇ ਵੱਡੇ ਸੰਬੰਧ ਨਹੀਂ ਜੁੜਦੇ ਜੀ। ਮਾਤਾ ਜੀਤੋ ਸਾਹਿਬ ਜੀ ਪਤਾ ਨਹੀਂ ਕਿੰਨੇ ਕੁ ਚਿਰ ਦੀ ਬੰਦਗੀ ਕਰਕੇ ਬੈਠੇ ਹੋਣਗੇ। ਹਾਂਜੀ, ਬੰਦਗੀ ਕਰ ਰਹੇ ਹੋਣਗੇ ਵੀ ਪਰਮੇਸ਼ਰ ਜੀ ਮੈਨੂੰ ਪਤੀ ਰੂਪ ਵਿੱਚ ਪ੍ਰਾਪਤ ਹੋਵੋ ਜੀ। ਹਾਂਜੀ, ਅੱਜ ਦਸਵੇਂ ਪਾਤਸ਼ਾਹ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਹੁਣ ਉਸ ਪਾਸੇ ਆਉਣ ਲੱਗੇ ਹਨ। ਹਾਂਜੀ,
तैयारी कर बैठे हम पवनु करे प्रतीक्षण तुम आ गवनु। असी बड़े चिर की तैयारी की है, कृपा करो हुण लावा दा समा हो गया महाराज। हाँ जी, जब जनवास बिखै सुध पाई, हरे डंक सब बाज बजाई। गुरमुखो जदो भाई साहब भाई संतोख सिंह जी लिखते, दोबारा पढ़ियो, जनवास कहिंदे जंज घर नूं जी। जदो जंज घर विच इह खबर आ गई ना भी सच्चे पातशाह गरीब नवाज जी नूं हुण लावां लई सद रहे ने। हां जी, हने डंक सब बाज बजाई। गुरमुखो सच्चे पातशाह महाराज तख्त तो उठन लगे ते नगारा बजाउण वाले ने फिर नगारा बजाया जी उत्थे जी। बोले सो निहाल सत श्री अकाल। मैं बड़े ध्यान नाल सारा कुछ पढ़ रहा सा ते गल्लां महसूस होईयां भी महाराज सच्चे पातशाह इन्ने वड्डे पातशाह ने, राजे महाराजे उठदे हुंदे सी इधर उधर हुंदे ही ते नगारा बजाउण वाला दसदा हुंदा सीगा भी साडे पातशाह हरकत विच आए ने जी। जदों महाराज सच्चे पातशाह उठे ते वाजे बजाउण वालिआं ने वाजे बजाए जी। हां जी, लग दुंदब बड़ धौंस तों घारी, छोटा नगारा वड्डा धौंसा ਇਹ ਸਾਰਾ ਕੁਝ ਬਜਾਇਆ ਗਿਆ ਜੀ। ਹਾਂਜੀ, ਤੁਰਲੀ ਮੁਰਲ ਨਫੀਰ ਸੰਭਾਰੀ। ਤੁਰਲੀ ਮੁਰਲੀ ਭਾਵ ਉਹ ਬਾਂਸਰੀ ਜਿਹਨੂੰ ਕਹਿੰਦੇ ਜੀ, ਨਫੀਰਾਂ ਬੱਜੀਆਂ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉੱਠ ਕੇ ਲਾਵਾਂ ਵਾਲੀ ਥਾਂ ਤੇ ਜਾਣਾ ਜੀ। ਹਾਂਜੀ, ਉੱਠੇ ਕਿਰਪਾਲ ਸੰਗ ਨਿਜ ਲੀਨੇ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਉੱਠੇ ਤੇ ਨਾਲ ਆਪਣੇ ਮਾਮਾ ਜੀ ਨੂੰ ਲਿਆ ਤੇ ਪੰਜਾਂ ਭਰਾਵਾਂ ਨੂੰ ਲਿਆ ਤੇ ਸਿੱਖ ਸੰਗਤਾਂ ਨੂੰ ਲਿਆ, ਬਾਬਾ ਰਾਮ ਕੋਇਰ ਜੀ ਨੂੰ ਨਾਲ ਲਿਆ ਜੀ। ਹਾਂਜੀ, ਵਾਦਤ ਵਾਦਤ ਬਾਜਤ ਚਲੇ ਅਗਾਰੀ, ਤੇ ਸਾਧ ਸੰਗਤ ਨਗਾਰਾ ਵੱਜੀ ਜਾ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਾਈ ਜਾ ਰਹੇ। ਬਾਦਤ ਬਾਦਤ ਚਲੇ ਅਗਾਰੀ, ਨਗਾਰਾ ਵੱਜ ਰਿਹਾ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਚੱਲ ਰਹੇ ਨੇ ਜੀ। ਵਜਾਓ ਜੀ ਨਗਾਰਾ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੱਚੇ ਬੜੇ ਸਹਿਜੇ ਸਹਿਜੇ ਮਹਾਰਾਜ ਤੁਰ ਰਹੇ, ਬੜੇ ਸਹਿਜੇ ਸਹਿਜੇ ਜੀ। ਹਾਂਜੀ, ਤੇ ਉਹ ਬੜੇ ਆਨੰਦ ਨਾਲ ਤੁਰ ਰਹੇ ਨੇ ਤੇ ਨਾਲ ਨਾਲ ਨਗਾਰਾ ਵੱਜ ਰਿਹਾ, ਨਾਲ ਨਾਲ ਮਹਾਰਾਜ ਚੱਲ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ, ਕੀਰਤ ਭਾਟ ਨਕੀਬ ਉਚਾਰੀ, ਤੇ ਭੱਟ ਜਿਹੜੇ ਸਨ ਉਹ ਪਹਿਲਾਂ ਹੀ ਅੱਗੇ ਅੱਗੇ ਹੋ ਗਏ, ਸਾਵਧਾਨ ਹੋ ਜਾਓ ਸਾਡੇ ਸਤਿਗੁਰੂ ਜੀ ਆ ਰਹੇ ਨੇ ਭਾਈ। ਹਾਂਜੀ, ਉਹ ਪਹਿਲਾਂ ਹੀ ਸੰਗਤਾਂ ਨੂੰ ਪਰਾਂ ਕਰਨ ਜੀ, ਸੰਗਤਾਂ ਨੂੰ ਸੂਚਿਤ ਕਰਨ ਜੀ, ਮਹਾਰਾਜ ਦੀਆਂ ਸਿਫਤਾਂ ਗਾਉਣ ਜੀ ਉਹ। ਹਾਂਜੀ, ਆਤ ਪੱਤਰ ਦੂਲਹੋ ਸਿਰਫ ਰਹੀ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੂਲੇ ਬਣੇ ਤੋਂ ਉਹਨਾਂ ਦੇ ਸੀਸ ਤੇ ਚੌਰ ਸਾਹਿਬ ਗੁਰੂ ਕਾ ਸਿੱਖ ਕਰ ਰਿਹਾ ਹੈ ਜੀ। ਹਾਂਜੀ, ਚਮਰ ਚਾਰ ਬਹੁ ਬਾਰ ਹੈ ਟੁਰਹੀ, ਬਾਰ ਬਾਰ ਉਹ ਚੌਰ ਸਾਹਿਬ ਕਰਦਾ ਜੀ, ਬਾਰ ਬਾਰ, ਤਾਂ ਕਿ ਪਤਾ ਲੱਗਦਾ ਜਾਏ ਵੀ ਸੱਚੇ ਪਾਤਸ਼ਾਹ ਇੱਥੇ ਕੁ ਤੁਰ ਰਹੇ ਨੇ ਜੀ। ਬਾਰ ਬਾਰ ਉਹ ਚੌਰ ਸਾਹਿਬ ਕਰ ਰਿਹਾ ਮਹਾਰਾਜ ਸਾਹਿਬ ਜੀ ਦੇ ਸੀਸ ਤੇ। ਹਾਂਜੀ, ਮਹਿਦ ਕੁਲਾਹਲ ਸਭ ਮਹਿ ਹੋਵਾ, ਬੜਾ ਖੁਸ਼ੀਆਂ ਵਾਲਾ ਸਮਾਂ, ਬੜਾ ਚਾਅ, ਮਹਾਰਾਜ ਸੱਚੇ ਪਾਤਸ਼ਾਹ ਲਾਵਾਂ ਵਾਲੀ ਥਾਂ ਤੇ ਆ ਰਹੇ ਨੇ। ਹਾਂਜੀ, ਜਹੈ ਕਹੈ ਮਾਨੁਖ ਬ੍ਰਿੰਦ ਖਰੋਵਾ, ਬਸ ਜਿੱਥੇ ਕਿੱਥੇ ਜਿਹਨੂੰ ਖਲੋਣ ਦੀ ਥਾਂ ਮਿਲੀ ਉਹ ਖਲੋ ਗਿਆ ਜੀ, ਵੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਲੰਘਦਿਆਂ ਲੰਘਦਿਆਂ ਦੇ ਸਾਨੂੰ ਦਰਸ਼ਨ ਹੋ ਜਾਣ ਜੀ। ਹਾਂਜੀ, ਜਵਲਤ ਮਤਾਬੀ ਛੁੱਟ ਹਵਾਈ, ਮਤਾਬੀਆਂ ਜਗ ਰਹੀਆਂ ਹਨ, ਹਵਾਈਆਂ ਵੀ ਛੁੱਟ ਰਹੀਆਂ, ਗੱਜ ਕੇ ਆਖੋ, ਦੂਰ ਬਣੀ ਹੁੰਦੀ ਸੀ ਥਾਂ ਜੀ। ਹਾਂਜੀ, ਉਹ ਹਵਾਈਆਂ ਵੀ ਛੁੱਟ ਰਹੀਆਂ, ਕਿਉਂ ਤੁਸੀਂ ਕੱਲ੍ਹ ਕਥਾ ਸੁਣੀ, ਬਰਾਤ ਚੱਲਣ ਤੋਂ ਪਹਿਲਾਂ ਇੱਕ ਰਾਤ ਪਹਿਲਾਂ ਸਿੱਖਾਂ ਹਵਾਈਆਂ ਚਰੱਖੜੀਆਂ ਕਈ ਕੁਝ ਤਿਆਰ ਕੀਤਾ, ਆਤਿਸ਼ਬਾਜ਼ੀ ਤਿਆਰ ਕੀਤੀ ਸੀਗੀ ਜੀ, ਉਹ ਮਹਾਰਾਜ ਦੇ ਅੱਗੇ ਹਵਾਈਆਂ ਛੱਡਦੇ ਹੋਏ ਜਾ ਰਹੇ ਜੀ। ਹਾਂਜੀ, ਚੜੀ ਗਗਨ ਪੁਨ ਹਟ ਕਰ ਆਈ, ਉਹ ਐ ਉੱਚੀ ਅਸਮਾਨ ਵਿੱਚ ਹਵਾਈ ਜਾਵੇ ਜੀ, ਦਿਨ ਹੀ ਚਲਾਈ ਜਾਂਦੇ ਜੀ, ਚਾ ਉਹਨਾਂ ਨੂੰ ਇੰਨਾ ਚੜਿਆ ਜੀ। ਹਾਂਜੀ, ਮਨੋ ਆਕਾਸ਼ ਲੋਕ ਸੁਧ ਦੇ ਕੇ, ਹਾਂਜੀ ਅਵਨੀਪੁਰ ਪਹੁੰਚੀ ਪੁਨ ਐਕੇ, ਮਾਨੋ ਹਵਾਈਆਂ ਤਾਂ ਉੱਡ ਕੇ ਦੱਸਦੀਆਂ ਹੁਣ ਵੀ ਆਕਾਸ਼ ਵਾਲਿਓ ਥੱਲੇ ਧਰਤੀ ਤੇ ਸਾਡੇ ਪਰਮੇਸ਼ਰ ਰੱਬ ਜੀ ਦਾ ਆਨੰਦ ਕਾਰਜ ਹੋ ਰਿਹਾ ਹੈ ਜੀ। ਸਵੇਰੇ ਨਾ ਜੀ ਇੱਕ ਸਿੰਘ ਲੰਮਾ ਪਿਆ ਜੀ ਤੇ ਕਮਰੇ ਵਿੱਚ, ਤੇ ਦੂਜਾ ਸਿੰਘ ਕਹਿੰਦਾ ਵੀ ਵੇਖ ਲੰਮਾ ਕਿਵੇਂ ਪਿਆ ਜੀ, ਮੈਂ ਰੱਬ ਦੇ ਵਿਆਹ 'ਚ ਆਇਆ ਹੁੰਦਾ। ਮੈਂ ਕਿਹਾ ਸੱਚੀ ਗੱਲ ਹੈ, ਰੱਬ ਦੇ ਵਿਆਹ 'ਚ ਹੀ ਆਇਆ ਕਹਿ, ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦਾ ਆਨੰਦ ਕਾਰਜ ਹੈ ਤੇ ਰੱਬ ਦੇ ਵਿਆਹ ਹੀ ਆਇਆ ਜੀ, ਇਹ ਕਰਨ ਦਿਓ ਆਰਾਮ, ਲੈਣ ਦਿਓ ਮੌਜਾਂ ਜੀ। ਹਾਂਜੀ, ਉਹ ਹਵਾਈਆਂ ਵੀ ਮਾਨੋ ਉੱਤੇ ਜਾ ਜਾ ਕੇ ਦੱਸ ਰਹੀਆਂ ਹੁਣ। ਹਾਂਜੀ, ਇਮ ਹਰਖਤ ਉਲੰਘੇ ਸੋ ਬਾਜ਼ਾਰ, ਇਸ ਤਰ੍ਹਾਂ ਮਹਾਰਾਜ ਖੁਸ਼ ਹੁੰਦੇ ਹੋਏ ਬਾਜ਼ਾਰ ਵਿੱਚੋਂ ਲੰਘ ਰਹੇ ਨੇ ਦਸਵੇਂ ਪਾਤਸ਼ਾਹ। ਹਾਂਜੀ, ਪਹੁੰਚੇ ਗੁਰ ਘਰ ਸਸੁਰ ਮਝਾਰ, ਮਹਾਰਾਜ ਸਹੁਰੇ ਘਰ ਵਿੱਚ ਪਹੁੰਚੇ ਜੀ, ਸਹੁਰੇ ਘਰ ਵਿੱਚ ਜਿੱਥੇ ਸਾਰਾ ਪ੍ਰਬੰਧ ਕੀਤਾ ਗਿਆ ਸੀਗਾ। ਹਾਂਜੀ, ਆਨ ਮਿਲੇ ਆਗੇ ਸਭ ਕੋਈ, ਹਰ ਕੋਈ ਅੱਗਲ ਵਾਂਢੀ ਆ ਕੇ ਮਹਾਰਾਜ ਸਾਹਿਬ ਨੂੰ ਨਮਸਕਾਰ ਕਰ ਰਿਹਾ ਹੈ ਜੀ।
ਜੀ ਹਾਂ ਜੀ ਅੰਤਰ ਪ੍ਰਵੇਸ਼ੇ ਲੈ ਮੁਦ ਹੋਏ ਕਹਿ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਅੰਦਰ ਲੈ ਗਏ ਜੀ ਜਿੱਥੇ ਸਾਰਾ ਪ੍ਰਬੰਧ ਕੀਤਾ ਗਿਆ ਸੀਗਾ ਜੀ ਸੰਗਤ ਜੀ ਫਿਰ ਲਾਵਾਂ ਆਰੰਭ ਹੋਈਆਂ ਜੀ ਉਦੋਂ ਲਾਵਾਂ ਦੀ ਜਿਹੜੀ ਮਰਜ਼ਾਦਾ ਸੀ ਉਸ ਤਰੀਕੇ ਨਾਲ ਲਾਵਾਂ ਹੋਈਆਂ ਜੀ ਹਾਂਜੀ ਪਰ ਹੁਣ ਜਿਹੜੀ ਮਰਜ਼ਾਦਾ ਆਪਾਂ ਉਹ ਪੜ੍ਹ ਲਈਏ ਜੀ ਉਹਦੇ ਨਾਲ ਕੀ ਹੈ ਮਨ ਦਾ ਵਧੀਆ ਮਾਹੌਲ ਬਣ ਜਾਂਦਾ ਹੈ ਜੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਸਿੱਖੋ ਚਾਰ ਲਾਵਾਂ ਉਚਾਰਨ ਕੀਤੀਆਂ ਚਾਰ ਲਾਵਾਂ ਹਰ ਇੱਕ ਗੁਰਸਿੱਖ ਦਾ ਆਨੰਦ ਕਾਰਜ ਉਹਨਾਂ ਚਾਰ ਲਾਵਾਂ ਅਨੁਸਾਰ ਹੁੰਦਾ ਜੀ ਅਤੇ ਗੁਰਮੁਖੋ ਇੱਕ ਗੱਲ ਚੇਤਾ ਰੱਖੋ ਮਹਾਂਪੁਰਖ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬੋਲ ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸਨ ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਰਦ ਗਿਰਦ ਪੂਰੀ ਮਰਜ਼ਾਦਾ ਦੇ ਨਾਲ ਜਿਹਦੀਆਂ ਲਾਵਾਂ ਹੋ ਗਈਆਂ ਉਹ ਕਦੀ ਨਰਕਾਂ 'ਚ ਨਹੀਂ ਜਾਂਦਾ ਕਹਿਣ ਲੱਗੇ ਇੰਨਾ ਵੱਡਾ ਪ੍ਰਤਾਪ ਹੈ ਇਹ ਕਿਤੇ ਛੋਟੀ ਗੱਲ ਨਹੀਂ ਹੈਗੀ ਜੀ ਹਾਂਜੀ ਚਾਰ ਲਾਵਾਂ ਨੇ ਚਾਰ ਲਾਵਾਂ ਨਹੀਂ ਚਾਰ ਅਵਸਥਾਵਾਂ ਨੇ ਜੀ ਹਾਂਜੀ ਪਹਿਲੀ ਲਾਮ ਵਿੱਚ ਪ੍ਰਵਿਰਤੀ ਕਰਮ ਹੈ ਜੀ ਦੂਜੀ ਲਾਮ ਵਿੱਚ ਗੁਰੂ ਸਾਹਿਬ ਨਾਲ ਨੇੜਤਾ ਬਣਦੀ ਹੈ ਜੀ ਤੀਜੀ ਵਿੱਚ ਬੈਰਾਗ ਪੈਦਾ ਹੁੰਦਾ ਜੀ ਚੌਥੀ ਵਿੱਚ ਸਹਿਜ ਪ੍ਰਾਪਤ ਹੁੰਦਾ ਅਤੇ ਰੱਬ ਨਾਲ ਮਿਲਾਪ ਹੋ ਜਾਂਦਾ ਜੀ ਬੰਦੇ ਦਾ ਜੀ ਇਹ ਜਿਹੜੀਆਂ ਲਾਵਾਂ ਨਾ ਜੀ ਇਹ ਰੱਬ ਨਾਲ ਵਿਆਹ ਵਾਲੀ ਗੱਲ ਹੈਗੀ ਜੀ ਸਾਰੀ ਜੀ ਹਾਂਜੀ ਪਰ ਪਹਿਲਾਂ ਸ਼ਬਦ ਪੜ੍ਹਿਆ ਜਾਂਦਾ ਜੀ ਕੀਤਾ ਲੋੜੀ ਹੈ ਕੰਮ ਕੀਤਾ ਲੋੜੀ ਹੈ ਕੰਮ ਸੋ ਹਰ ਪਹਿ ਆਖੀਐ ਮਹਾਰਾਜ ਸੋ ਹਰ ਪਹਿ ਆਖੀਐ ਮਹਾਰਾਜ ਉਹ ਸ਼ਬਦ ਪੜ੍ਹਿਆ ਗਿਆ ਜੀ ਹਾਂਜੀ ਫਿਰ ਲਾਵਾਂ ਪੜ੍ਹੀਆਂ ਜਾਣੀਆਂ ਵੇਖੋ ਮਾਤਾ ਜੀ ਤੋਂ ਜੀ ਦੇ ਕਿੱਡੇ ਵੱਡੇ ਭਾਗ ਦਸਵੇਂ ਪਾਤਸ਼ਾਹ ਦਾ ਪੱਲਾ ਫੜ ਕੇ ਜਿਸ ਮਾਂ ਨੇ ਲਾਵਾਂ ਲਈਆਂ ਕਿੰਨੇ ਵੱਡੇ ਭਾਗ ਹੋਣਗੇ ਜੀ ਹਾਂਜੀ ਗਰਮੀ ਪਤਾ ਤੁਹਾਨੂੰ ਲੱਗ ਰਹੀ ਸਾਰਿਆਂ ਨੂੰ ਪਰ ਉਦੋਂ ਵੀ 23 ਹਾੜ ਤਰੀਕ ਸੀਗੀ ਅਤੇ ਪੂਰੀ ਗਰਮੀ ਸੀਗੀ ਜੀ ਉਦੋਂ ਵੀ ਜੀ ਹਾਂਜੀ ਚੰਗਾ ਸਗੋਂ ਗਰਮੀਆਂ 'ਚ ਪ੍ਰਸੰਗ ਆਇਆ ਥੋੜ੍ਹਾ ਜਿਹਾ ਹੋਰ ਮਾਹੌਲ ਬਣ ਜਾਂਦਾ ਜੀ ਉਹੋ ਜਿਹਾ ਜੀ ਉਹੋ ਜਿਹੇ ਮੌਸਮ ਦਾ ਵੀ ਪਤਾ ਲੱਗ ਜਾਂਦਾ ਜੀ ਸਾਨੂੰ ਜੀ ਹੁਣ ਭਾਈ ਸਾਹਿਬ ਲਾਵਾਂ ਦਾ ਪਾਠ ਤੁਹਾਨੂੰ ਸਾਰਿਆਂ ਨੂੰ ਸੁਣਾਉਣਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀਆਂ ਲਾਵਾਂ ਹੋਈਆਂ ਜੀ ਉਦੋਂ ਜਿਹੜੀ ਮਰਜ਼ਾਦਾ ਸੀ ਉਸ ਮਰਜ਼ਾਦਾ ਅਨੁਸਾਰ ਹੋਈਆਂ ਹੁਣ ਜਿਹੜੀ ਗੁਰਮਤ ਮਰਜ਼ਾਦਾ ਉਹ ਆਪਾਂ ਸਾਰੇ ਬੜੇ ਪ੍ਰੇਮ ਦੇ ਨਾਲ ਕਰ ਲਈਏ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੂਹੀ ਰਾਗ ਦੇ ਵਿੱਚ ਕਿਰਪਾ ਕਰਦੇ ਜੀ ਬੜੇ ਧਿਆਨ ਨਾਲ ਸੁਣੋ ਸਾਰੇ ਜਿਹਨੂੰ ਥੋੜ੍ਹਾ ਥੋੜ੍ਹਾ ਨਾਲ ਆਉਂਦਾ ਹੋਵੇ ਉਹ ਬੋਲ ਵੀ ਸਕਦਾ ਹੈ ਜੀ ਹਾਂਜੀ ਮਹੱਲਾ ਚੌਥਾ ਹਰ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜ ਹੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ ਸਤਗੁਰ ਗੁਰ ਪੂਰਾਇਆ ਰਾਧੋ ਸਭ ਕਿਲ ਵੇਖ ਪਾਪ ਗਵਾਇਆ ਸਹਿਜ ਆਨੰਦ ਹੋਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਜਨ ਕਹੈ ਨਾਨਕ ਲਾਵ ਪਹਿਲੀ ਆਰੰਭ ਕਾਜ ਰਚਾਇਆ ਥੋੜ੍ਹੀ ਥੋੜ੍ਹੀ ਸੁਰਤ ਨਾਲ ਨਾ ਲਈ ਜਾਓ ਜੀ ਸਾਵਧਾਨ ਹੋਵੋ ਅਤੇ ਸਾਰੇ ਬੈਠ ਜਾਓ ਪ੍ਰੇਮ ਨਾਲ ਅਤੇ ਗੱਜ ਕੇ ਸਾਰੇ ਆਖੋ ਵਾਹਿਗੁਰੂ ਨਾਲ ਨਾਲ ਸੁਰਤ ਲੈ ਚੱਲੋ ਮਾਤਾ ਜੀ ਤੋਂ ਜੀ ਨੇ ਦਸਵੇਂ ਪਾਤਸ਼ਾਹ ਦਾ ਪੱਲਾ ਫੜਿਆ ਹੋਇਆ ਸੰਗਤ ਜੀ ਹਾਂਜੀ ਸੱਚ ਤੇ ਹੈ ਆਮ ਇਸਤਰੀ ਕਿਸੇ ਦਾ ਪੱਲਾ ਫੜਦੀ ਹੈ ਨਾ ਵਿਆਹ ਸਮੇਂ ਤੇ ਸ਼ਬਦ ਪੜ੍ਹ ਦਿੰਦੇ ਰਾਗੀ ਪੱਲੇ ਤੈਂਡੇ ਲੱਗ ਗਈ ਪਰ ਅਸਲ ਵਿੱਚ ਮਾਤਾ ਜੀ ਤੋਂ ਜੀ ਦੇ ਵੱਡੇ ਭਾਗ ਜੀ ਹਾਂਜੀ ਉਹਨਾਂ ਮਹਾਰਾਜ ਦਾ ਪੱਲਾ ਫੜਿਆ ਸੱਚੇ ਪਾਤਸ਼ਾਹ ਅੱਗੇ ਅੱਗੇ ਅਤੇ ਮਾਤਾ ਜੀ ਤੋਂ ਜੀ ਪਿੱਛੇ ਪਿੱਛੇ ਜੀ ਜਿਹੜੀ ਪਹਿਲੀ ਲਾਮ ਹੈ ਨਾ ਇਹਦਾ ਇੱਕ ਪੰਕਤੀ ਚ ਅਰਥ ਕਰਕੇ ਮੈਂ ਦਾਸ ਅੱਗੇ ਚੱਲਣ ਦਾ ਯਤਨ ਕਰੇ ਪਹਿਲੀ ਲਾਮ ਕੀ ਹੈ ਹਰ ਗੁਰਸਿੱਖ ਅੰਮ੍ਰਿਤ ਵੇਲੇ ਜਾਂ ਜਦੋਂ ਉਹਨੂੰ ਸਮਾਂ ਲੱਗ ਰਿਹਾ
हाथ विच गुटका साहब लैके गुरबाणी का अभ्यास करता समझो पहली लां लै रहा जी ओ जी ओदा रब नाल व्याह होण दी पहली लां है जी ओदी जी हाँ जी बाणी ब्रह्मा वेद धर्म दृढ़ो पाप तजाया बल राम जी ओ पाप हौली हौली दूर होणगे जी ओदे जी हाँ जी ए पहली लां है धन माता जी तो जी ने पला फड़िया दसवें पातशाह दा महाराज अगे चल रहे हैं हाँ जी हर दुजड़ी लाव सतगुर पुरख मिलाया बल राम जियो निरपौ पै मन होए हाँ मैल गवाया बल राम जियो निर्मल पौ पाया हर गुण गाया हर देखे राम हदूरे हर आत्म राम पसारे स्वामी सर्व रहया पर पूरे अंतर बाहर हर प्रभु एको मिल हर जन मंगल गाए जन नानक दूजी लाव चलाई अनहद शब्द बजाए जन नानक दूजी लाव चलाई अनहद शब्द बजाए हर दूजड़ी लाव दूजी लांच की हुंदा है जी दूजी लाव विच हर दूजड़ी लाव सतगुर पुरख मिलाया बलराम जीओ बाणी पढ़द्या पढ़द्या बंदे दे गुरु नाल नेड़ता बननी शुरू हो जांदी जी दूजी लाव विच इथों तक नेड़ता वध जांदी दूसरी लाम तो जो तीजी लाम च प्रवेश होना ते सत्संग जी अवस्था अनहद नाद तक बंदे दी पहुंच जांदी है जी हाँ जी महाराज सच्चे पातशाह कहिंदे ने दूजी लाम की समाप्ति विच अनहद शब्द बजाए जी हाँ जी सत्संग जी उत्थे अनहद शब्द बजदे बड़ा आनंद हैगा जी इन्हां चीजां विच जे किते समा बने खुला ते इन्हां दी व्याख्या होवे ते फिर पता लगदा जी माता जी तो जी ने पला फड़िया जी महाराज सच्चे पातशाह चल रहे ते फिर सत्संग जी अगली लाम हो रही है हाँ जी हर तीजड़ी लाम मन चाओ पया बैरागिया बल राम जियो संत जना हर मेल हर पाया बड पागिया बल राम जियो संत जना हर मेल हर पाया बड पागिया बल राम जियो निर्मल हर पाया हर गुण गाया मुख बोली हर बाणी संत जना बड पागी पाया हर कथिये अकात कहानी हृदय हर 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 तुन उपजी हर जपिए मस्तक पाग जियो जन नानक बोले तीजी लावे हर उपजे मन बैराग जियो जन नानक बोले तीजी लावे हर उपजे मन बैराग जियो हर तीजड़ी लावा अपने को समा उन्ना कह जी हाँ जी चौथी लां दा भी पाठ छेती छेती सोहनी लाओ जी हाँ जी हर चौथड़ी लां मन सहज पया हर पाया बल राम जियो गुरमुख मिले सुभाए हर मन तन मीठा लाया बल राम जियो हर मीठा लाया मेरे प्रभ पाया अन दिन हार लिव लाई
मन चिंदिया फल पाया स्वामी हर नाम वजीव बधाई हर प्रभ ठाकुर काज रचाया तन हृदय नाम विगासी जन नानक बोले चौथी लावे हर पाया प्रभ अबनासी जन नानक बोले चौथी लावे हर पाया प्रभ अबनासी हर चौथड़ी लावे लावा फेरे हुए जी गज के आखो वाहेगुरु माता जी तो जी दी अज हत श्री साध संगत जी माता गुजरी जी दी वाहेगुरु धन माता जी तो साहब जी दी बंदगी सफली हो गई जी सारी जी किते छोटी गल नहीं है कि प्यार नाल कहो सारे धन माता जी तो जी धन माता जी तो जी धन माता जीतो जी फिर आखो सारे धन माता जीतो जी की कमाई कितने छोटी ही गी जी माता जीतो जी की बड़ी वड्डी कमाई जी हां जी अज सारी कीती हुई कमाई सफली हो गई जी उन्हां दी दसवें पातशाह महाराज श्री गुरु गोबिंद सिंह साहब जिन्हां दे दर्शन नूं दुनिया तरसदी है माता जीतो जी दियां लावां महाराज नाल होईआं हां जी हां जी ते लावां तो बाद होर बड़ा कुछ होया जी समा नहीं आपां लड्डू पेड़े भी कथा च छकने हैं जी हाँ जी हुण ओह प्रसंग थोड़ा जिहा सुन लो अगों कथा बड़ी लंबी है जी कई दिन उत्थे महाराज सच्चे पातशाह ने पड़ा कीता जी कई दिन दसवें पातशाह रहे ते चार बाजार बनाए सीगे जी ਉਥੋਂ ਸਰਹੰਦ ਦੀ ਸੰਗਤ ਆਈ ਸੀ ਹੁਸ਼ਿਆਰਪੁਰ ਦੀ ਸੰਗਤ ਆਈ ਸੀ ਰੋਪੜ ਦੀ ਸੰਗਤ ਆਈ ਸੀਗੀ ਸੰਗਤ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੀ ਮਹਾਰਾਜ ਤੁਸੀਂ ਕਈ ਦਿਨ ਇੱਥੇ ਰਹੋ ਅਸੀਂ ਕਈ ਦਿਨ ਆਪੋ ਆਪਣੀ ਵਾਰੀ ਅਨੁਸਾਰ ਤੁਹਾਨੂੰ ਲੰਗਰ ਛਕਾਇਆ ਕਰਨਾ ਹੈ ਜੀ ਮਹਾਰਾਜ ਕਹਿੰਦੇ ਸਾਡੇ ਨਾਲ ਬਰਾਤ ਬੜੀ ਹੈ ਮਹਾਰਾਜ ਜਿੰਨੀ ਮਰਜ਼ੀ ਬਰਾਤ ਹੋਵੇ ਤੁਹਾਡੀ ਕਿਰਪਾ ਨਾਲ ਤੁਸੀਂ ਖੁੱਲ੍ਹੀ ਮਾਇਆ ਬਖਸ਼ਿਸ਼ ਕੀਤੀ ਹੈ ਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਤੁਸੀਂ ਕਈ ਦਿਨ ਰਹੋ ਅਸੀਂ ਕਈ ਦਿਨ ਤੁਹਾਨੂੰ ਲੰਗਰ ਛਕਾਉਣਾ ਹੈ ਜੀ ਤੇ ਪਹਿਲੇ ਦਿਨ ਦਾ ਲੰਗਰ ਸਾਰੇ ਬੜੇ ਪ੍ਰੇਮ ਦੇ ਨਾਲ ਸਰਵਣ ਕਰੋ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਹੁਣ ਲੰਗਰ ਛਕਾਇਆ ਜਾ ਰਿਹਾ ਹੈ ਜੀ ਸੰਗਤਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੰਗਤਾਂ ਪੰਗਤ 'ਚ ਬੈਠੀਆਂ ਨੇ ਛਕਣ ਛਕਾਉਣ ਦੀ ਕੋਈ ਕਮੀ ਨਹੀਂ ਸੀ ਹੈਗੀ ਹੁਣ ਵੀ ਗੁਰੂ ਕੇ ਲਾਹੌਰ ਜਾਓ ਜਦੋਂ ਮਹਾਰਾਜ ਸਾਹਿਬ ਜੀ ਦੇ ਆਨੰਦ ਕਾਰਜਾਂ ਦਾ ਪ੍ਰਸੰਗ ਆਉਂਦਾ ਉੱਥੇ ਇੰਨੇ ਕੁ ਪਦਾਰਥ ਬਣੇ ਹੁੰਦੇ ਵੀ ਬੰਦਾ ਛਕਦਿਆਂ ਥੱਕ ਜਾਏਗਾ ਪਦਾਰਥ ਨਹੀਂ ਮੁੱਕਣਗੇ ਜੀ ਉੱਥੇ ਜੀ ਇੰਨੇ ਕੁ ਪਦਾਰਥ ਉੱਥੇ ਬਣੇ ਹੁੰਦੇ ਜੀ ਹੁਣ ਵੀ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਆਸਣ ਲਾਇਆ ਗਿਆ ਮਹਾਰਾਜ ਨੂੰ ਮਹਾਰਾਜ ਦੇ ਸਹੁਰਾ ਸਾਹਿਬ ਤੇ ਮਹਾਰਾਜ ਦੇ ਸੱਸ ਮਾਤਾ ਜੀ ਪ੍ਰਸ਼ਾਦਾ ਛਕਾ ਰਹੇ ਬੜੇ ਪ੍ਰੇਮ ਨਾਲ ਸੁਣੋ ਹਾਂਜੀ ਹੋਏ ਤਿਆਰ ਆਹਾਰ ਹਕਾਰੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਨੂੰ ਸੱਦਿਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਪ੍ਰਸ਼ਾਦਾ ਛਕੋ ਲਾਵਾਂ ਹੋ ਗਈਆਂ ਨੇ ਹਾਂਜੀ ਗਨ ਬਾਦਿਤ ਬਜਤ ਪਧਾਰੇ ਤੇ ਫਿਰ ਵਾਜੇ ਵੱਜਣ ਲੱਗ ਪਏ ਤੇ ਮਹਾਰਾਜ ਤੁਰਨ ਲੱਗ ਪਏ ਜੀ ਵਾਜੇ ਵੱਜਦਿਆਂ ਵੱਜਦਿਆਂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਿੱਥੇ ਪ੍ਰਸ਼ਾਦਾ ਛਕਣਾ ਉੱਥੇ ਆਏ ਹਨ ਰਮਣੀਕ ਥਾਨ ਬੈਠਾਏ ਬੜੀ ਸ਼ਾਂਤੀ ਵਾਲੀ ਥਾਂ ਤੇ ਪ੍ਰਸ਼ਾਦਾ ਬਿਠਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਕਾਇਆ ਜੀ ਹਾਂਜੀ ਕਰ ਫਰਸ਼ ਭਲੇ ਸੁਧਰਾਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਬੈਠੀ ਹੈ ਬੜੇ ਚਾਅ ਦੇ ਨਾਲ ਸੋਹਣੀਆਂ ਪੰਗਤਾਂ ਲੱਗੀਆਂ ਤੇ ਪ੍ਰਸ਼ਾਦਾ ਸੁਣੋ ਧਿਆਨ ਨਾਲ ਜਦੋਂ ਤੁਸੀਂ ਪ੍ਰਸ਼ਾਦਾ ਸੁਣਿਆ ਇੱਧਰੋਂ ਉੱਧਰੋਂ ਧਿਆਨ ਆਪੇ ਹਟ ਜਾਣਾ ਤੁਹਾਡਾ ਜੀ ਪ੍ਰਸ਼ਾਦਾ ਮਹਾਰਾਜ ਸਾਹਿਬ ਜੀ ਦੀ ਬਰਾਤ ਨੂੰ ਛਕਾ ਰਹੇ ਤੇ ਸੱਚੇ ਪਾਤਸ਼ਾਹ ਦੇ ਪ੍ਰਸ਼ਾਦਾ ਛਕਾਉਣ ਲੱਗੇ ਜੀ ਹਾਂਜੀ ਜਲ ਲੇਕਰ ਪਾਨ ਪਖਾਰੇ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ ਧਵਾਏ ਜੀ ਬੜੇ ਪਿਆਰ ਦੇ ਨਾਲ ਉਹਨਾਂ ਨੇ ਜੀ ਹੱਥ ਧਵਾਏ ਬੜੇ ਪਿਆਰ ਨਾਲ ਹਾਂਜੀ ਹੁਣ ਪਹੁੰਚ ਪਰੋਸਨ ਹਾਰੇ ਫਿਰ ਪ੍ਰਸ਼ਾਦਾ ਪਾਉਣ ਵਾਲੇ ਪਹੁੰਚ ਗਏ ਜੀ ਮੈਂ ਦਾਸ ਨੇ ਅੱਗੇ ਵੀ ਤੁਹਾਨੂੰ ਬੜੀ ਵਾਰੀ ਬੇਨਤੀ ਕੀਤੀ ਵੀ ਵਰਤਾਵਾ ਬੜਾ ਸਿਆਣਾ ਹੋਣਾ ਚਾਹੀਦਾ ਹੈ ਜੀ ਪੂਰਾ ਟ੍ਰੇਨਡ ਵਰਤਾਵਾ ਚਾਹੀਦਾ ਜੀ ਹਾਂਜੀ ਧਾਰ ਸਭਨ ਅਗਾਰੀ ਥਾਰਾ ਸਾਰਿਆਂ ਦੇ ਅੱਗੇ ਥਾਲ ਰੱਖੇ ਗਏ ਦਸਵੇਂ ਪਾਤਸ਼ਾਹ ਮਹਾਰਾਜ ਅੱਗੇ ਵੀ ਥਾਲ ਰੱਖਿਆ ਗਿਆ ਹਾਂਜੀ ਬਹੁ ਸਵਾਦਲ ਪਾਏ ਆਹਾਰਾ ਬੜਾ ਸਵਾਦ ਬੜੇ ਚਾਵਾਂ ਦੇ ਨਾਲ ਜਿਹੜਾ ਪ੍ਰਸ਼ਾਦਾ ਤਿਆਰ ਕੀਤਾ ਗਿਆ ਸੀਗਾ
ਉਹ ਹੁਣ ਦਸਵੇਂ ਪਾਤਸ਼ਾਹ ਛਕਣ ਲੱਗੇ, ਬੜੇ ਧਿਆਨ ਨਾਲ ਸੰਗਤ ਜੀ ਸਰਵਣ ਕਰਿਓ। ਹਾਂਜੀ, ਜੇ ਸਪਤ ਵਿਧਿਨ ਪਕਵਾਨਾ ਵਿੱਚ ਮੇਵੇ ਮਿਲੇ ਮਹਾਨਾ, ਇਹੋ ਜਿਹੀ ਕੋਈ ਵਸਤੂ ਨੀ ਹੈਗੀ ਜਿਹਦੇ ਚ ਮੇਵੇ ਨੀ ਪਾਏ ਹੋਏ ਜੀ। ਅੱਜ ਕੇ ਆਖੋ ਆ, ਹੁਣ ਵੀ ਵੇਖੋ ਇੱਕ ਬੀਬਾ ਜੀ ਪਨੀਰ ਬਣਾ ਕੇ ਲੈ ਕੇ ਆਏ ਤੇ ਉਹਦੇ ਵਿੱਚ ਮੇਵੇ ਪਾਏ ਹੋਏ ਸੀ ਉਹਨਾਂ ਨੇ ਜੀ, ਤੇ ਉਹ ਮੈਂ ਪੜ੍ਹ ਪੜ੍ਹ ਸਾਰਾ ਕੁਝ ਨੋਟ ਕਰਦਾ ਰਹਿੰਦਾ ਜੀ। ਹਾਂਜੀ, ਇਹੋ ਜੀ ਕੋਈ ਵਸਤੂ ਨੀ ਸੀ ਹੈਗੀ ਜਿਹਦੇ ਵਿੱਚ ਮੇਵੇ ਨੀ ਸੀ ਪਾਏ ਗਏ ਜੀ। ਹਾਂਜੀ, ਦਦ ਸਾਥ ਵਿਸਾਲ ਮਸਾਲੇ, ਦਹੀਂ ਤਿਆਰ ਕੀਤਾ ਗਿਆ ਜਿਹਦੇ ਚ ਬੜੇ ਪ੍ਰਕਾਰ ਦੇ ਮਸਾਲੇ ਪਾਏ ਗਏ ਸੀ। ਉਹ ਤੇ ਭਾਵੇਂ ਸੁੱਕਾ ਦਹੀਂ ਕੋਈ ਨਾ ਛਕਦਾ ਹੋਵੇ ਤੇ ਜਦੋਂ ਮਸਾਲੇ ਪੈ ਜਾਂਦੇ ਫਿਰ ਸਾਰੇ ਛਕ ਲੈਂਦੇ ਜੀ। ਹਾਂਜੀ, ਦਹੀਂ ਛਕਾਇਆ ਜਾ ਰਿਹਾ ਜੀ ਜਿਹਨੂੰ ਬੜੇ ਜਿਹਦੇ ਵਿੱਚ ਮਸਾਲੇ ਪਾਏ ਗਏ ਸਨ। ਹਾਂਜੀ, ਗਨ ਬਰੇ ਪਕੌੜੇ ਡਾਲੇ, ਉਹਦੇ ਵਿੱਚ ਭੱਲੇ ਪਾਏ ਗਏ ਨੇ ਦਹੀਂ ਵਿੱਚ ਜੀ, ਪਕੌੜੀਆਂ ਪਾਈਆਂ ਗਈਆਂ ਵਿੱਚ, ਪਕੌੜੇ ਕੱਢ ਕੱਢ ਪਾਏ ਗਏ ਦਹੀਂ ਵੇਖ ਵੇਖ ਭੁੱਖ ਦੂਰ ਹੁੰਦੇ ਜੀ। ਗੱਜ ਕੇ ਆਖੋ ਵਾਹਿਗੁਰੂ, ਦਹੀਂ ਇੰਨਾ ਸਵਾਦ ਸੀਗਾ, ਗਈ ਵੇਖ ਵੇਖ ਕੇ ਭੁੱਖ ਦੂਰ ਹੋ ਰਹੀ ਸੀਗੀ ਜੀ। ਹਾਂਜੀ, ਸਭ ਅਚਵਤ ਸਵਾਦ ਸਰਾ ਹੈ, ਸਭ ਤੋਂ ਪਹਿਲਾਂ ਮਹਾਰਾਜ ਦੀ ਸੱਸ ਮਾਤਾ ਮਹਾਰਾਜ ਨੂੰ ਦਹੀਂ ਛਕਾਉਂਦੇ, ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਦਹੀਂ ਛਕੋ ਮਹਾਰਾਜ। ਹਾਂਜੀ, ਸਾਰਿਆਂ ਨੇ ਬੜੇ ਸਵਾਦ ਲਾ ਲਾ ਕੇ ਨਾ ਜੀ ਤੇ ਦਹੀਂ ਛਕਿਆ ਜੀ। ਹਾਂਜੀ, ਹੁਣ ਸੂਖਮ ਚਾਵਰ ਚਾਹੇ, ਫਿਰ ਚੌਲ ਪਾਏ ਜੀ, ਚੌਲ ਬੜੇ ਵਧੀਆ ਬਣਾਏ ਗਏ, ਬਰੀਕ ਬਰੀਕ ਚੌਲ ਬਣਾਏ ਗਏ, ਲੰਮੇ ਚੌਲ ਬਣਾਏ ਗਏ ਸੀ। ਹਾਂਜੀ, ਜੁਗ ਰੀਤਨ ਕੇ ਤਬ ਲਿਆਏ, ਤੇ ਦੋ ਪ੍ਰਕਾਰ ਦੇ ਚੌਲ ਬਣਾਏ। ਜੁਗ ਰੀਤਨ ਦਾ ਅਰਥ ਹੁੰਦਾ ਦੋ ਤਰ੍ਹਾਂ ਦੇ, ਗੱਜ ਕੇ ਆਖੋ ਵਾਹਿਗੁਰੂ। ਦੋ ਪ੍ਰਕਾਰ ਦੇ ਸਾਧ ਸੰਗਤ ਚੌਲ ਬਣਾਏ ਗਏ ਸੀ, ਲੂਣੇ ਤੇ ਦੂਜੇ ਕਿਹੜੇ ਦੀ, ਹਾਂ ਗੱਜ ਕੇ ਆਖੋ। ਮਿੱਠਿਆਂ ਦਾ ਸਾਨੂੰ ਚੇਤਾ ਭੁੱਲ ਗਿਆ ਸੀ, ਅੱਜ ਹੁਣ ਪੋਥੀ 'ਚ ਪੜਿਆ ਜੀ, ਨਹੀਂ ਤਾਂ ਅਸੀਂ ਮਿੱਠੇ ਵੀ ਬਣਾਉਣੇ ਸੀਗੇ ਜੀ। ਚਲੋ ਹੁਣ ਲੂਣੇ ਹੀ ਪ੍ਰਵਾਨ ਕਰ ਲਿਓ ਜਿਹੋ ਜਿਹੇ ਬਣੇ ਹੈ ਜੀ। ਹਾਂਜੀ, ਦੋ ਪ੍ਰਕਾਰ ਦੇ ਚੌਲ ਮਹਾਰਾਜ ਨੂੰ ਛਕਾਏ, ਮਿੱਠੇ ਚੌਲਾਂ ਨਾਲ ਦਹੀਂ ਦਾ ਸਵਾਦ ਹੀ ਵੱਖਰਾ ਹੈਗਾ ਜੀ। ਹਾਂਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਛਕਾ ਰਹੇ ਜੀ। ਇਹ ਬੜੀ ਵੱਡੀ ਸੇਵਾ ਹੈ ਜੇ ਬੰਦਾ ਪਿਆਰ ਨਾਲ ਤੇ ਤਰੀਕੇ ਨਾਲ ਕਰ ਲਵੇ ਜੀ। ਹਾਂਜੀ, ਇੱਕ ਮਧੁਰ ਸਲਵਾਨ ਮਿਲਾਏ, ਤੇ ਬੜਾ ਮਿੱਠੇ ਪਦਾਰਥ, ਖੱਟੇ ਪਦਾਰਥ, ਸਬਜ਼ੀਆਂ ਹੁਣ ਸਾਰਾ ਕੁਝ ਛਕਾ ਰਹੇ ਦਸਵੇਂ ਪਾਤਸ਼ਾਹ ਨੂੰ। ਬਰਾਤਾਂ ਵੀ, ਵਾਹਿਗੁਰੂ ਬਰਾਤ ਵੀ ਰੱਜ ਰੱਜ ਕੇ ਛਕ ਰਹੀ ਤੇ ਮਹਾਰਾਜ ਵੀ ਰੱਜ ਰੱਜ ਕੇ ਛਕ ਰਹੇ, ਤੇ ਮਿੱਠੀਆਂ ਵਸਤੂਆਂ ਸੀ ਸੰਗਤ ਜੀ। ਉਹਦਾ ਕਾਰਨ ਇਹ ਸੀਗਾ ਵੀ ਉਹਨਾਂ ਸ਼ੂਗਰ ਨਹੀਂ ਹੁੰਦੀ ਲੋਕਾਂ ਨੂੰ ਜੀ। ਹਾਂਜੀ, ਉਹ ਫਿਰ ਖੁੱਲ੍ਹਾ ਛਕਦੇ, ਲੋਕੀ ਕੰਮ ਕਾਰ ਖੁੱਲ੍ਹਾ ਕਰਦੇ ਹੁੰਦੇ ਸੀਗੇ ਜੀ, ਉਹਨਾਂ ਸ਼ੂਗਰ ਨਹੀਂ ਹੁੰਦੀ ਜੀ। ਸਾਰੇ ਰੱਜ ਰੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਦਾਰਥ ਛਕਣ ਜੀ। ਹਾਂਜੀ, ਬਹੁ ਸਾਧਕ ਗਰੀ ਵਿਸਾਲੇ, ਗਣ ਚਤੁਰਨ ਕਾਰ ਵਿੱਚ ਡਾਲੇ, ਕੜੀ ਬਣਾਈ ਗਈ ਭਾਈ ਸੰਤੋਖ ਸਿੰਘ ਕਹਿੰਦੇ ਬੜੀ ਸਵਾਦ ਜੀ, ਬੜੇ ਮਸਾਲੇ ਪਾਏ ਗਏ, ਦਸਵੇਂ ਪਾਤਸ਼ਾਹ ਨੂੰ ਕੜੀ ਪਾਤੀ, ਮਹਾਰਾਜਾ ਵੀ ਛਕੋ। ਹਾਂਜੀ, ਖੱਟ ਰਸ ਕੋ ਅਚਵਤ ਸਾਰੇ, ਤੇ ਛੇ ਪ੍ਰਕਾਰ ਦੇ ਰਸ ਹੁੰਦੇ ਜੀ, ਮਿੱਠਾ, ਖੱਟਾ, ਲੂਣਾ, ਕਸੈਲਾ, ਇਹ ਛੇ ਕੁ ਪ੍ਰਕਾਰ ਦੇ ਹੁੰਦੇ ਜੀ। ਹਰ ਪ੍ਰਕਾਰ ਦਾ ਪਦਾਰਥ ਮਹਾਰਾਜ ਵਾਸਤੇ ਬਣਾ ਕੇ ਰੱਖਿਆ ਜੀ ਉਹਨਾਂ ਨੇ। ਹਾਂਜੀ, ਗੁਰ ਕੀਰਤ ਕਰਤ ਉਧਾਰੇ, ਤੇ ਨਾਲੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਤੇ ਨਾਲੇ ਮਹਾਰਾਜ ਦੀ ਕੀਰਤੀ ਕਰਨ। ਸਾਡੇ ਏਡੇ ਵੱਡੇ ਪਾਤਸ਼ਾਹ ਤੇ ਗਰੀਬਾਂ ਕੋਲੋਂ ਆ ਕੇ ਪ੍ਰਸ਼ਾਦਾ ਛਕ ਰਹੇ ਜੀ। ਬੰਦੇ ਨੇ ਜਿੰਨਾ ਮਰਜ਼ੀ ਵਧੀਆ ਪਦਾਰਥ ਤਿਆਰ ਕੀਤੇ ਹੋਣ ਸੰਗਤ ਜੀ, ਉਸ ਸਮੇਂ ਜਦੋਂ ਗੁਰੂ ਸਾਹਿਬ ਆ ਕੇ ਛਕਣ, ਬੰਦਾ ਸ਼ੁਕਰ ਹੀ ਕਰੇ ਗੁਰੂ ਜੀ ਦਾ ਜੀ। ਹਾਂਜੀ, ਬਹੁ ਮਿਲੀ ਨਾਗਰੀ ਨਾਰੀ, ਹਾਂਜੀ, ਤਨ ਭੂਖਨ ਬਸਨ ਸ਼ਿੰਗਾਰੀ, ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਹੋਰ ਬੀਬੀਆਂ ਆ ਗਈਆਂ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਗਨ ਵਿਹਾਰ ਕਰਨੇ ਜੀ, ਉਸ ਛੰਨਾ ਚੁਕਾਉਂਦੇ ਹੁੰਦੇ ਸੀਗੇ ਜੀ। ਹਾਂਜੀ, ਹੋ ਸਕਦਾ ਤੁਹਾਡੇ ਚੁੱਕੇ ਨੇ ਚੁੱਕਿਆ ਵੀ ਹੋਵੇ ਜੀ, ਇਹ ਵੀ ਨਹੀਂ ਪਤਾ ਜੀ। ਤੇੜ ਪਾ ਕੇ ਤੇ ਛੰਨਾ ਚੁਕਾਉਣਾ ਜੀ ਉਹਨਾਂ ਨੇ, ਉਹ ਮਹਾਰਾਜ ਕੋਲੋਂ ਡਰਦੇ ਤੇ ਅੱਗੇ ਨਾ ਜਾਣ, ਤੇ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਕੋਈ ਨਹੀਂ ਤੁਸੀਂ ਆਪਣੀ ਖੁਸ਼ੀ ਕਰ ਲਓ ਜੀ। ਉਹ ਕਿੰਨਾ ਚੌੜਾ ਛੰਨਾ ਲੈ ਕੇ ਆਈਆਂ ਬੀਬੀਆਂ, ਤੇਲ ਪਾਇਆ ਤੇ ਮਹਾਰਾਜ ਦੇ ਹੱਥ ਹੁਣ ਨਿੱਕੇ ਜਿਹੇ ਸੀਗੇ ਜੀ, ਅਰੇ ਸਰੀਰ ਬਹੁਤਾ ਵੱਡਾ ਨਹੀਂ ਸੀ, ਪਰ ਮਹਾਰਾਜ ਨੇ ਹੱਥ ਪਾ ਕੇ ਉਸੇ ਸਮੇਂ ਚੁੱਕ ਲਿਆ ਜੀ। ਉਹ ਬੜੇ ਹੈਰਾਨ ਹੋਏ ਜੀ ਵੀ ਇਹ ਬੜੀ ਕਮਾਲ ਹੋ ਰਹੀ ਹੈ। ਹਾਂਜੀ, ਕੱਲ ਕੋਕਲ ਕੰਠੀ ਗਾਵੇ, ਤੇ ਖੁਸ਼ੀਆਂ ਦੇ ਗੀਤ ਗਾਉਣ ਸੱਚੇ ਪਾਤਸ਼ਾਹ ਜੀ ਦੀ ਆਉਣ ਦੀ ਖੁਸ਼ੀ ਵਿੱਚ, ਦ੍ਰਿਗ ਖੰਜਨ ਅੰਜਨ ਚਾਵੇ, ਤੇ ਬੜੀਆਂ ਹੀ ਖੁਸ਼ੀਆਂ, ਬੜੀਆਂ ਹੀ ਖੁਸ਼ੀਆਂ। ਹੁਣ ਕਥਾ ਤਾਂ ਅੱਗੇ ਹੋਰ ਵੀ ਬੜੀਆਂ ਕੀ ਹੈ ਜੀ। ਮਹਾਰਾਜ ਕਈ ਦਿਨ ਗੁਰੂ ਕੇ ਲਾਹੌਰ ਰਹਿੰਦੇ ਤੇ ਗੱਲਾਂ ਸੁਣਨ ਹੀ ਵਾਲੀਆਂ ਹੋਣੀਆਂ ਜੀ। ਇੱਕ ਧੋਬੀ ਨੇ ਆ ਜਾਣਾ, ਮਹਾਰਾਜ ਪਾਣੀ ਨਹੀਂ ਚੰਗਾ ਹੈਗਾ, ਮਹਾਰਾਜ ਨੇ ਬਰਸ਼ੇ ਮਾਰ ਮਾਰ ਪਾਣੀ ਕੱਢਣਾ ਜੀ ਥੱਲੋਂ। ਅੱਜ ਵੀ ਗੁਰੂ ਕੇ ਲਾਹੌਰ ਉਹ ਅਸਥਾਨ ਹੈਗਾ ਜੀ,
हाँ जी सो सारिया सिख संगत सच्चे पातशाह जी दे व्याह दी आनंद कारजा दी बहुत बहुत वधाई होवे जी। सच्चे पातशाह मेहर करन। आओ एक पंक्ति पढ़िए फिर सात संगत की खिमा मंगांगे। समा वध हो रहा संगतां दा धन्नवाद। दो चार मिनट तां उत्ते लै गए भी लंगर ते आपां इत्थे छकणा जी। हाँ जी बीबिया की रोज तां छेती छेती छुट्टी करी दी भी इन्हां घर जाके तैयार करना हुंदा जी। ते दो मिनट जे वध भी लै लिया ते खिमा बख्शियो। ते धन माता जी तो जी दे वड्डे भाग मानो खुशियां चा के माता जी तो जी गा रहे हुण। व्याह होआ मेरे बाबूला, व्याह होआ मेरे बाबूला, व्याह होआ मेरे बाबूला, व्याह होआ मेरे बाबूला। हाँ जी माता जी तो जी कह सकते जी उन्हां दी इन्नी वड्डी अवस्था जी। बाकी आप सारिआं नूं बहुत बहुत बधाई होवे। आओ बधाइया दे के पढ़ के सारे खिमा मंगिए। भाई साहब नूं बेनती बधाइया वाली पंक्ति पढ़ दिओ ते फिर आनंद साहब जी फिर अरदास होएगी जी। भाई साहब श्री दरबार साहब तो भाई सुल्तान सिंह जी आए ने, भाई सतनाम सिंह जी श्री दरबार साहब जी दे रागी सिंह ने वह भी आए ने जी आयां नूं। निहंग सिंह फौजा आईया सारियां नूं जी आयां नूं। धन गुरु तेग बहादुर साहब जी दे अस्थान गुरद्वारा गुरु के महल तो सिख संगतां पहुंचियां इन्हां नूं भी बड़ा बड़ा जी आया नूं जी। ये बड़ी बारी मैं दास ने इन्हां नूं बेनती की भी कितने सानू भी दर्शन दिओ आके जी। तो अज समा बड़ा खुशियां दा हैगा जी। महाराज सच्चे पातशाह जी दे आनंद कारज सन। तो फिर दास ने अज चेची बेनती की भी दर्शन करो तो मेरे गरीब लिए एवें सेहरे लै आए। व्याह तो महाराज का होया जी। हाँ जी व्याह तो गुरु साहब जी का होया जी। ये आबी गुरु की गल सुनाउण वाले का भी माण सत्कार हो जाता जी। ये गुरु जी की वड्याई साढ़े वर्गे गरीब बंदियां नूं दस का नोट ना कोई दे जी। सच्ची गल है ये गुरु की कथा कीर्तन की बरकत है संगत जी। सच्चे पातशाह मेहर करन इन्हां सारियां संगतां नूं। भाई जगत वाहिगुरु बाबा जगतार सिंह जी कार सेवा वाले महापुरख उन्हां दे अस्थान तो भाई जोगा सिंह जी आए। होर बेअंत सिख संगतां आईआं सारिआं दा ही धन्नवाद जी। ते वधाइयां वाली पंक्ति पढ़ो फिर आपां खिमा मंगीए जी। हाँ जी सारी संगत प्रेम नाल कहो धन गुरु गोबिंद सिंह साहिब जी महाराज, श्री गुरु गोबिंद सिंह साहिब महाराज, धन गुरु गोबिंद सिंह साहिब जी महाराज। ਵਧਾਈਆਂ 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 ਗੁਰਸਿੱਖਾ ਮਨ ਵਧਾਈਆਂ ਜਪੋ, ਵਧਾਈਆਂ ਵਧਾਈਆਂ ਗੁਰਸਿੱਖਾ ਮਨ ਵਧਾਈਆਂ, ਵਧਾਈਆਂ 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 ਗੁਰਸਿੱਖਾ ਮਨ ਵਧਾਈਆਂ, ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ, ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ, ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ, ਜਿਨ ਮੇਰਾ ਸਤ ਗੁਰ ਡਿੱਠਾ ਰਾਮ ਰਾਜੇ। ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ, ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆਂ। ਸੱਚੇ ਪਾਤਸ਼ਾਹ ਸਭ ਸਿੱਖ ਸੰਗਤਾਂ ਤੇ ਮਿਹਰ ਕਰਨ। ਸਾਰਿਆਂ ਨੂੰ ਆਇਆਂ ਨੂੰ ਬਹੁਤ ਬਹੁਤ ਜਿਹੜਾ ਬੜੇ ਪ੍ਰੇਮ ਨਾਲ ਤੇ ਮਹਾਰਾਜ ਸਾਹਿਬ ਜੀ ਦਾ ਜਸ ਕਰਦਿਆਂ ਹੋਇਆਂ ਫਿਰ ਆਪਾਂ ਗੁਰੂ ਸਾਹਿਬ ਕੋਲੋਂ ਆਗਿਆ ਲੈਣੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।